ਅਜੀਤ ਵੈੱਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ। ਦੋਸਤੋ, ਰੀਓ ਓਲੰਪਿਕ ਬੜੇ ਜੋਬਨ ਦੇ ਉੱਤੇ ਨੇ। 7 ਦਿਨ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ ਹੈ। ਵੱਖ ਵੱਖ ਮੁਲਕਾਂ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਵੀ ਕਰ ਰਹੇ ਨੇ। ਅਮਰੀਕਾ ਮੈਡਲ ਲੈਣ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ, ਚੀਨ ਦੂਜੇ ਨੰਬਰ ਦੇ ਉੱਤੇ ਅਤੇ ਜਪਾਨ ਕਹਿੰਦੇ ਨੇ ਚੌਥੇ ਨੰਬਰ ਦੇ ਉੱਤੇ ਆ ਚੁੱਕਿਆ। ਪਰ ਭਾਰਤ ਦਾ ਖਾਤਾ ਹਾਲੇ ਤੱਕ ਨਹੀਂ ਖੁੱਲ੍ਹਿਆ। ਉਮੀਦਾਂ ਬੜੀਆਂ ਸਨ, ਪਰ ਹਾਲੇ ਤੱਕ ਉਹਨਾਂ ਉਮੀਦਾਂ ਨੂੰ ਬੂਰ ਨਹੀਂ ਲੱਗਿਆ, ਜਿਸ ਕਰਕੇ 100 ਤਰ੍ਹਾਂ ਦੇ ਸਵਾਲ ਨੇ ਜਿਹੜੇ ਖੇਡ ਪ੍ਰੇਮੀਆਂ ਦੇ ਮਨਾਂ ਦੇ ਵਿੱਚ ਵੀ ਉਮੜ ਰਹੇ ਨੇ, ਜਿਹੜੇ ਖੇਡਾਂ ਦੇ ਨਾਲ ਜੁੜੇ ਹੋਏ ਕੋਚ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ, ਅਤੇ ਜਿਹੜੇ ਓਲੰਪਿਕ ਦੇ ਨਾਲ ਮੁਹੱਬਤ ਕਰਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਪੈਦਾ ਹੋ ਰਹੇ ਨੇ। ਇੱਕ ਗੱਲ ਜ਼ਰੂਰ ਦੱਸਣੀ ਬਣਦੀ ਹੈ ਕਿ 118 ਖਿਡਾਰੀਆਂ ਦਾ ਦਲ ਰੀਓ ਓਲੰਪਿਕ ਦੇ ਵਿੱਚ 15 ਖੇਡਾਂ ਦੇ ਲਈ ਭਾਰਤ ਦੇ ਵੱਲੋਂ ਹਿੱਸਾ ਲੈਣ ਦੇ ਲਈ ਗਿਆ। 37 ਦਾ ਸਫ਼ਰ ਉੱਥੇ ਜਾ ਕੇ ਹੁਣ ਤੱਕ ਮੁੱਕ ਚੁੱਕਿਆ ਅਤੇ ਖਾਤਾ ਹਾਲੇ ਤੱਕ ਖੁੱਲ੍ਹਿਆ ਨਹੀਂ, ਬੋਣੀ ਹਾਲੇ ਤੱਕ ਹੋਈ ਨਹੀਂ। ਇਹਨਾਂ ਖੇਡਾਂ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ 3 ਬਹੁਤ ਮਹਾਨ ਖਿਡਾਰੀ ਜੁੜੇ ਹੋਏ ਨੇ, ਜਿਹੜੇ ਰੀਓ ਓਲੰਪਿਕ ਦੇ ਕੁੱਲ ਸਫ਼ਰ ਦੇ ਬਾਰੇ ਗੱਲ ਕਰਨਗੇ, ਵੱਖ ਵੱਖ ਖੇਡਾਂ ਦੇ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਬਾਬਤ ਗੱਲ ਕਰਨਗੇ, ਅਤੇ ਕਿਹੜੇ ਕਾਰਨ ਨੇ ਕਿ ਹਾਲੇ ਤੱਕ ਭਾਰਤ ਦਾ ਖਾਤਾ ਨਹੀਂ ਖੁੱਲ੍ਹਿਆ, ਇਹਦੇ ਬਾਬਤ ਆਪਣੇ ਵਿਚਾਰ ਰੱਖਣਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਸਰਦਾਰ ਪ੍ਰਗਟ ਸਿੰਘ ਜੀ, ਜਿਹੜੇ ਬੜੇ ਮਸ਼ਹੂਰ ਹਾਕੀ ਖਿਡਾਰੀ ਨੇ, ਓਲੰਪੀਅਨ ਨੇ। ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਉਹਨਾਂ ਦੇ ਨਾਲ ਨੇ ਮੈਡਮ ਰਾਜਵੀਰ ਕੌਰ ਜੀ, ਜਿਹੜੇ ਹਾਕੀ ਦੇ ਜਾਣੇ ਪਛਾਣੇ ਚਿਹਰੇ ਨੇ, ਅਰਜੁਨ ਅਵਾਰਡੀ ਨੇ, ਤੁਹਾਡਾ ਵੀ ਸਵਾਗਤ ਹੈ ਜੀ। ਅਤੇ ਨਾਲ ਨੇ ਉਹਨਾਂ ਦੇ ਰਣਧੀਰ ਸਿੰਘ ਧੀਰਾ ਜੀ, ਜਿਨ੍ਹਾਂ ਨੂੰ ਅਸੀਂ ਤਕੜੇ ਜੁੱਸੇ ਕਰਕੇ ਜਾਣਦੇ ਹਾਂ, ਜਿਨ੍ਹਾਂ ਨੇ ਰੈਸਲਿੰਗ ਦੇ ਖੇਤਰ ਦੇ ਵਿੱਚ ਬਾਕਮਾਲ ਪ੍ਰਾਪਤੀਆਂ ਹਾਸਲ ਕੀਤੀਆਂ ਨੇ, ਅਰਜੁਨ ਅਵਾਰਡੀ ਨੇ। ਸਾਰਿਆਂ ਦਾ ਹੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਪ੍ਰਗਟ ਸਿੰਘ ਜੀ, ਤੁਹਾਡੇ ਤੋਂ ਸਵਾਲ ਦੀ ਸ਼ੁਰੂਆਤ ਕਰਦੇ ਹਾਂ। ਉਮੀਦਾਂ ਬੜੀਆਂ ਸਨ ਕਿ ਇਸ ਵਾਰ ਭਾਰਤੀ ਹਾਕੀ ਟੀਮ, ਜਿਹੜੀ ਮੁੰਡਿਆਂ ਦੀ ਟੀਮ ਹੈ, ਇਹ ਬਾਕਮਾਲ ਪ੍ਰਦਰਸ਼ਨ ਕਰੇਗੀ, ਪਰ ਉਮੀਦਾਂ ਨੂੰ ਬੂਰ ਨਹੀਂ ਲੱਗਿਆ ਹਾਲੇ ਤੱਕ। ਕੀ ਕਹਿਣਾ ਚਾਹੋਗੇ? ਨਹੀਂ, ਦੇਖੋ, ਹਾਕੀ ਹਜੇ ਤੱਕ ਤਾਂ ਮੇਰੇ ਮੁਤਾਬਕ ਠੀਕ ਚੱਲ ਰਹੀ ਆ ਜੀ। ਠੀਕ ਇਨ ਦਾ ਸੈਂਸ ਵੀ ਇਹ ਠੀਕ ਆ ਵੀ ਅਸੀਂ ਪੂਲ ਦੇ ਵਿੱਚੋਂ ਤਾਂ ਜ਼ਰੂਰ ਚੌਥੇ ਆਏ ਹਾਂ, ਲੇਕਿਨ ਜੇ ਮੈਂ ਇਹਨਾਂ ਦੀ ਬਾਲ ਪੋਜੈਸ਼ਨ ਦੀ ਗੱਲ ਕਰਾਂ ਟੈਕਨੀਕਲ ਐਂਗਲ 'ਤੇ, ਤਾਂ ਅੱਗੇ ਨਾਲੋਂ ਬੈਟਰ ਹੋਈ ਆ, ਲੇਕਿਨ ਹਜੇ ਵੀ ਜਿਹੜੀ ਫਿਨਿਸ਼ਿੰਗ ਆ ਪੈਨਲਟੀ ਕੋਰਨਰ ਦੀ, ਔਰ ਖਾਸ ਕਰਕੇ ਜਿਹੜੀ ਫਾਰਵਰਡ ਲਾਈਨ ਦੀ, ਉਹਨੂੰ ਗੋਲ ਦੇ ਵਿੱਚ ਤਬਦੀਲ ਕਰਨ ਦੀ, ਕਿਉਂਕਿ ਦੇਖੋ ਜੇ ਤੁਸੀਂ ਕਲੋਜ਼ਲੀ ਦੇਖੋਗੇ ਤੇ ਇਹ ਕੰਪੀਟੀਸ਼ਨ ਜਿਹੜਾ ਕਾਫੀ ਕਲੋਜ਼ ਕੰਪੀਟੀਸ਼ਨ ਆ, ਇਹਦੇ ਵਿੱਚ ਬਹੁਤ ਜ਼ਿਆਦਾ ਗੈਪ ਨਹੀਂ ਹੈਗਾ, ਔਰ ਗੈਪ ਇਸ ਕਰਕੇ ਵੀ ਆਪਾਂ ਨੂੰ ਲੱਗਦਾ ਨਹੀਂ ਹੈ ਕਿਉਂਕਿ ਜਿਹੜਾ ਸਕੋਰ ਆ 2-1, 1-0 ਇੱਥੇ ਕੁ ਹੀ ਜਿਹੜਾ ਉਹ ਟਿਕਿਆ ਹੋਇਆ। ਸੋ ਇਸ ਕਰਕੇ ਹਜੇ ਆਪਾਂ ਇਟ ਇਜ਼ ਟੂ ਪ੍ਰੀਮਚੋਰ ਕਿ ਇਹ ਗੱਲ 'ਤੇ ਅਜੇ ਕਮੈਂਟ ਕਰਨਾ ਕਿ ਹਾਂ ਵੀ ਇਹ ਠੀਕ ਆ ਵੀ ਇਹ ਜਿਹੜੀਆਂ 2-3 ਵੀਕਨੈਸਸ ਹੈਗੀਆਂ ਉਹ ਸਾਨੂੰ ਬਿਲਕੁਲ ਦਿਖਾਈ ਦਿੰਦੀਆਂ, ਲੇਕਿਨ ਕੁੜੀਆਂ ਦੀ ਮੇਰਾ ਖਿਆਲ ਤਾਂ ਰਾਜਵੀਰ ਜ਼ਿਆਦਾ ਗੱਲ ਕਰ ਸਕਦੀ ਆ ਕਿਉਂਕਿ ਕੁੜੀਆਂ ਦੀ ਐਕਸਪਰਟ ਵੀ ਹੈਗੀ ਆ, ਔਰ ਮੇਰਾ ਖਿਆਲ ਹੈ ਪਰ ਤੁਸੀਂ ਤਕਨੀਕ ਦੀ ਗੱਲ ਕੀਤੀ ਹੈ, ਨੀਦਰਲੈਂਡ ਨਾਲ ਮੁਕਾਬਲਾ ਹੋਇਆ, 6 ਪੈਨਲਟੀ ਕੋਰਨਰ ਆ ਜਿਹੜੇ ਅਜਾਈ ਚਲੇ ਗਏ, ਇਹਦੇ ਬਾਬਤ ਕੀ ਕਹੋ? ਨਹੀਂ ਨਹੀਂ ਮੈਂ ਤਾਂ ਕਹਿਣ ਡਿਆ ਵੀ ਜਿਹੜੀ ਪੈਨਲਟੀ ਕੋਰਨਰ ਦੀ ਕਨਵਰਸ਼ਨ ਹੈ ਅਤੇ ਜਿਹੜੀ ਫਾਰਵਰਡ ਲਾਈਨ ਦੀ ਗੋਲ ਕਰਨ ਦੀ ਕਪੈਸਿਟੀ ਆ, ਉਹਦੇ 'ਚ ਹਜੇ ਵੀ ਜਿਹੜੀ ਆ ਸਾਨੂੰ ਬਹੁਤ ਇੰਪਰੂਵਮੈਂਟ ਦੀ ਜ਼ਰੂਰਤ ਹੈ। ਜੇਕਰ ਸਰਦਾਰਾ ਸਿੰਘ ਨੂੰ ਹੀ ਭਾਰਤੀ ਹਾਕੀ ਟੀਮ ਦਾ ਕਪਤਾਨ ਰੱਖਿਆ ਜਾਂਦਾ, ਉਹਨਾਂ ਨੂੰ ਬਦਲਿਆ ਨਾ ਜਾਂਦਾ, ਕੀ ਲੱਗਦਾ ਤੁਹਾਨੂੰ ਕਿ ਹੁਣ ਨਾਲੋਂ ਪ੍ਰਦਰਸ਼ਨ ਕੋਈ ਸੁਧਰ ਸਕਦਾ ਸੀ? ਨਹੀਂ ਨਹੀਂ, ਮੇਰਾ ਖਿਆਲ ਇਹਦਾ ਕੋਈ ਬਹੁਤਾ ਫਰਕ ਨਹੀਂ ਹੈ, ਮੈਂ ਨਹੀਂ ਇਸ ਗੱਲ ਨਾਲ ਨਹੀਂ ਸਹਿਮਤ ਹੈਗਾ ਕਿਉਂਕਿ ਸਰਦਾਰਾ ਸਿੰਘ ਆਪਣਾ ਉਹਦਾ ਪ੍ਰਦਰਸ਼ਨ ਵੀ ਠੀਕ ਹੈਗਾ, ਔਰ ਟੀਮ ਇਹੋ ਜਿਹੀ ਗੱਲ ਨਹੀਂ ਹੈ, ਇੱਕ ਟੀਮ ਵਾਂਗ ਖੇਡ ਰਹੀ ਆ, ਬਾਕੀ ਹਰ ਜਦੋਂ ਇੰਡੀਵਿਜੁਅਲ ਦੀ ਕਪੈਸਿਟੀ ਇੰਪਰੂਵ ਹੁੰਦੀ ਆ ਤਾਂ ਹੀ ਹਮੇਸ਼ਾ ਟੀਮ ਦੀ ਜਿਹੜੀ ਕਪੈਸਿਟੀ ਆ ਉਹ ਇੰਪਰੂਵ ਹੁੰਦੀ ਆ। ਮੈਡਮ ਰਾਜਵੀਰ ਕੌਰ ਜੀ, ਕੁੜੀਆਂ ਦੀ ਟੀਮ ਦੀ ਗੱਲ ਅਸੀਂ ਕਰਦੇ ਹਾਂ, ਹਾਕੀ ਦੇ ਵਿੱਚ ਕੁੜੀਆਂ ਨੇ ਬਹੁਤਾ ਹਾਲੇ ਤੱਕ ਉਮਦਾ ਪ੍ਰਦਰਸ਼ਨ ਨਹੀਂ ਕੀਤਾ। ਅਸੀਂ ਪਹਿਲਾਂ ਬੜੀਆਂ ਉਮੀਦਾਂ ਕਰਦੇ ਸੀ ਕਿ ਹਾਕੀ ਦੇ ਵਿੱਚ ਕੁੜੀਆਂ ਦੇ ਵੱਲੋਂ ਤਾਂ ਕੁਝ ਨਾ ਕੁਝ ਵੱਖਰਾ ਕੀਤਾ ਜਾਏਗਾ, ਬੜੇ ਲੰਮੇ ਸਮੇਂ ਬਾਅਦ ਓਲੰਪਿਕ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਕੀ ਕਹਿਣਾ ਚਾਹੋਗੇ ਕੁੜੀਆਂ ਦੇ ਹੁਣ ਤੱਕ ਦੇ ਕੁੱਲ ਪ੍ਰਦਰਸ਼ਨ ਦੇ ਬਾਬਤ? ਨਹੀਂ ਟਾਣਾ ਜੀ, ਉਹ ਤਾਂ ਆਲਰੇਡੀ ਵੈਸੇ ਪਹਿਲਾਂ ਹੀ ਇਸ ਚੀਜ਼ ਬਾਰੇ ਆਪਾਂ ਨੂੰ ਇੰਨੀ ਉਮੀਦ ਨਹੀਂ ਸੀ ਰੱਖਣੀ ਚਾਹੀਦੀ ਵੀ ਅਸੀਂ ਮੈਡਲ ਲੈ ਕੇ ਵਾਪਸ ਆਵਾਂਗੇ, ਕਿਉਂਕਿ 36 ਸਾਲ ਬਾਅਦ ਟੀਮ ਜਿਹੜੀ ਆ ਕੁਆਲੀਫਾਈ ਕੀਤੀ ਆ, ਅਤੇ ਉਹਦੇ ਵਿੱਚ ਇੰਨਾ ਆਪਣੇ ਲਈ ਇਹੀ ਬਹੁਤ ਵੱਡੀ ਇੱਕ ਅਚੀਵਮੈਂਟ ਸੀਗੀ ਵੀ ਅਸੀਂ ਇੰਨੇ ਕੰਟਰੀਜ਼ ਦੇ ਵਿੱਚੋਂ, ਚਲੋ ਐਟਲੀਸਟ ਅਸੀਂ 12 ਦੇ ਵਿੱਚ ਉੱਥੇ ਪਹੁੰਚੇ ਤਾਂ ਹੈ ਆ, ਅਤੇ ਜਿੱਦਾਂ ਹੁਣ ਉਹਦੇ ਵਿੱਚ ਸਾਰੇ ਯੂਰਪੀਅਨ ਟੀਮਾਂ ਆ ਉਹਨਾਂ ਦੇ ਨਾਲ ਇਹਨਾਂ ਦਾ ਕਾਫੀ ਜ਼ਿਆਦਾ ਫਰਕ ਨਜ਼ਰ ਆਇਆ, ਪਰ ਮੈਨੂੰ ਲੱਗਦਾ ਵੀ ਕਾਫੀ ਵੀਕਨੈਸ ਵੀ ਦੇਖਣ ਨੂੰ ਮਿਲੀਆਂ ਟੀਮ ਦੇ ਵਿੱਚ ਜਿਹੜੀਆਂ ਕਿ ਨਹੀਂ ਸੀ ਚਾਹੀਦੀਆਂ, ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਬਹੁਤ ਜ਼ਿਆਦਾ ਦੁਹਰਾਈਆਂ ਜਾ ਰਹੀਆਂ ਆ। ਫਿਰ ਦੂਸਰਾ ਮੈਨੂੰ ਇਹ ਲੱਗਾ ਆ ਵੀ ਸਭ ਤੋਂ ਵੱਡਾ ਥੋੜ੍ਹਾ ਜਿਹਾ ਟੀਮ 'ਤੇ ਅਸਰ ਇਸ ਚੀਜ਼ ਦਾ ਵੀ ਪਿਆ ਕਿ ਜਿੱਦਾਂ ਕਿ ਰਿਤੂ ਰਾਣੀ ਟੀਮ ਦੀ ਕੈਪਟਨ ਸੀਗੀ, ਕੁਆਲੀਫਾਈ ਕਰਨ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਸੀਗਾ, ਔਰ ਲਾਸਟ ਮੂਮੈਂਟ 'ਤੇ ਆਪਾਂ ਜਿਹੜੀ ਕਿ ਮਤਲਬ 100.10% ਉਹ ਸ਼ਿਓਰ ਸੀਗੀ ਕਿ ਮੈਂ ਟੀਮ ਦੀ ਕੈਪਟਨ ਹਾਂ, ਔਰ ਟੀਮ ਦੇ ਵਿੱਚ ਨਾ ਹੋਣਾ ਇਹ ਬੜੀ ਵੱਡੀ ਉਹਦੀ ਟੀਮ ਨੂੰ ਵੀ ਇਸ ਚੀਜ਼ ਦਾ ਹੈ ਨਾ ਪ੍ਰੋਬਲਮ ਆਈ ਹੈ ਟੀਮ ਨੂੰ ਵੀ, ਕਿਉਂਕਿ ਹੋ ਸਕਦਾ ਮੇ ਬੀ ਉਹਦੇ ਨਾਲ ਵੀ ਟੀਮ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੋਵੇ, ਪਰ ਇਸ ਚੀਜ਼ ਲਈ ਆਪਾਂ ਪਹਿਲਾਂ ਹੀ
ਸੋਚ ਕੇ ਚੱਲੇ ਸੀ ਵੀ ਅਸੀਂ ਮੈਡਲ ਨਹੀਂ ਐਟਲੀਸਟ, ਲੇਕਿਨ ਅਸੀਂ ਜਿੰਨੀਆਂ ਜਿੱਦਾਂ ਹੁਣ ਜਪਾਨ ਆ, ਜਪਾਨ ਦੇ ਨਾਲ ਆਪਾਂ ਡਰਾਅ ਖੇਡ ਲਿਆ ਕਿਉਂਕਿ ਏਸ਼ੀਅਨ ਕੰਟਰੀ ਆ, ਅਤੇ ਬਾਕੀ ਸਾਰਿਆਂ ਕੋਲ ਸਾਨੂੰ ਕਾਫੀ ਵੱਡੀ ਡਿਫੀਟ ਜਿਹੜੀ ਉਹ ਝੱਲਣੀ ਪਈ ਹੈ। ਗੱਲ ਕੀਤੀ ਆਪਣੇ ਉੱਤਰ ਦੇ ਵਿੱਚ ਕਿ ਕੁਝ ਕੁ ਕਮਜ਼ੋਰੀਆਂ ਨੇ, ਕੁਝ ਕੁ ਤਕਨੀਕੀ ਕਾਰਨ ਵੀ ਨੇ, ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਕੋਈ ਕੋਚ ਸਾਹਿਬਾਨ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਪੂਰੀ ਜਿਹੜੀ ਉਹਨਾਂ ਨੂੰ ਨਹੀਂ ਮੁਹੱਈਆ ਕਰਵਾਈਆਂ ਗਈਆਂ ਚੀਜ਼ਾਂ, ਜਾਂ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਕਾਰਨ ਤੁਸੀਂ ਨਿੱਜੀ ਤੌਰ 'ਤੇ ਮੰਨਦੇ ਹੋ? ਇਹੋ ਜਿਹਾ ਮੈਨੂੰ ਲੱਗਦਾ ਨਹੀਂ, ਕਿਉਂਕਿ ਕਾਫੀ ਇਹਨਾਂ ਨੂੰ ਐਕਸਪੋਜ਼ਰ ਕਾਫੀ ਬਾਹਰ ਦਾ ਮਿਲਿਆ ਆ, ਫਿਰ ਟੀਮ ਦੇ ਨਾਲ ਜਿਹੜੇ ਕੋਚ ਆ ਉਹ ਵੀ ਬਾਹਰ ਦੇ ਆਪਣੇ ਫੋਰਨ ਦੇ ਲੱਗੇ ਹੋਏ ਆ, ਮਿਸਟਰ ਨੀਲ ਨਾਲ ਲੱਗੇ ਹੋਏ ਆ, ਕਾਫੀ ਦੇਰ ਤੋਂ ਟੀਮ ਦੇ ਨਾਲ ਚੱਲ ਰਿਹਾ, ਮਤਲਬ ਸਾਰੇ ਤਕਰੀਬਨ ਟੀਮ ਦੀ ਜਿੰਨੀ ਇੱਕ ਟੀਮ ਹੁੰਦੀ ਆ ਟੀਮ ਦੇ ਨਾਲ ਜਿਹੜੀ ਚੱਲਦੀ ਆ ਉਹ ਸਾਰੇ ਹੀ ਬਾਹਰਲੇ ਲੱਗੇ ਹੋਏ ਆ, ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸੀ। ਪਰ ਜਿਹੜੀਆਂ ਕਮੀਆਂ ਦੇਖਣ ਨੂੰ ਮਿਲੀਆਂ, ਕਿਉਂਕਿ ਬਾਲ ਪੋਜੈਸ਼ਨ ਉਹ ਸਭ ਤੋਂ ਵੱਡੀ ਆਪਣੀ ਜ਼ਰੂਰਤ ਸੀਗੀ ਟੀਮ ਦੇ ਨਾਲ, ਚਲੋ ਐਟਲੀਸਟ ਸਾਨੂੰ ਇਸ ਚੀਜ਼ ਬਾਰੇ ਪਤਾ ਸੀਗਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਲੇਕਿਨ ਅਸੀਂ ਜਿਹੜੇ ਇੰਨੇ ਜ਼ਿਆਦਾ ਗੋਲ ਖਾ ਰਹੇ ਹਾਂ, ਅਸੀਂ ਉਸ ਮਾਰਜਨ ਨੂੰ ਜਿਹੜਾ ਵੀ ਘੱਟ ਕੀਤਾ ਜਾ ਸਕਦਾ ਸੀਗਾ, ਕਿਉਂਕਿ ਡਿਫੈਂਸ ਦੇ ਵਿੱਚ ਬਹੁਤ ਕਮੀਆਂ ਨਜ਼ਰ ਆਈਆਂ, ਜਿਹੜਾ ਵੀ ਅਟੈਕ ਜਾਂਦਾ ਆਲਮੋਸਟ ਉਹ ਗੋਲ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਪਰ ਚਲੋ ਐਨੀਵੇ, ਫਿਰ ਵੀ ਆਪਾਂ ਨੂੰ ਇਸ ਚੀਜ਼ ਬਾਰੇ ਥੋੜ੍ਹਾ ਜਿਹਾ ਥੋੜ੍ਹਾ ਮੋਰਾਲ ਆਪ ਹੀ ਰੱਖਣੇ ਚਾਹੀਦੇ ਵੀ ਟੀਮ ਚਲੋ 12 ਦੇ ਵਿੱਚ ਗਈ ਹੈ, ਐਟਲੀਸਟ ਇੱਕ ਮੈਚ ਪਿਆ ਆ, ਅਤੇ ਅਸੀਂ ਸੋਚਦੇ ਹਾਂ ਵੀ ਚਲੋ ਉਹਦੇ ਵਿੱਚ ਕੁਛ ਨਾ ਕੁਛ ਕਰਨ, ਪਹਿਲੀਆਂ 8 ਟੀਮਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨ, ਰੈਂਕਿੰਗ ਦੇ ਵਿੱਚ ਆਪਣੀ ਸੁਧਾਰ ਲਿਆ ਸਕਣ। ਜੀ ਅਤੀਰਾ ਜੀ, ਤੁਹਾਡੇ ਵੱਲ ਸਵਾਲ ਦਾ ਰੁਖ ਕਰਦੇ ਹਾਂ, ਕੁਸ਼ਤੀ ਦੇ ਵਿੱਚ ਤੁਸੀਂ ਭਾਰਤ ਦਾ ਕੀ ਸਥਾਨ ਮੰਨਦੇ ਹੋ, ਅਤੇ ਕੀ ਮੰਨਦੇ ਹੋ ਕਿ ਕੁਸ਼ਤੀ ਦੇ ਵਿੱਚ ਕਿੰਨੇ ਕੁ ਸਾਨੂੰ ਮੈਡਲਾਂ ਦੀ ਉਮੀਦ ਕਰਨੀ ਚਾਹੀਦੀ ਹੈ? ਇਹ ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿਉਂਕਿ ਨਰ ਸਿੰਘ ਯਾਦਵ ਨੂੰ ਤਾਂ ਓਲੰਪਿਕ ਦੀ ਟਿਕਟ ਮਿਲੀ, ਪਰ ਸੁਸ਼ੀਲ ਕੁਮਾਰ ਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ। ਕੀ ਮੰਨਦੇ ਹੋ ਕਿ ਜਦੋਂ ਇਹੋ ਜਿਹੇ ਅਦਾਲਤੀ ਵਿਵਾਦ ਪੈਦਾ ਹੁੰਦੇ ਨੇ, ਚੋਣ ਦੇ ਬਾਬਤ ਵਿਵਾਦ ਪੈਦਾ ਹੁੰਦੇ ਨੇ, ਉਦੋਂ ਖਿਡਾਰੀ ਦੇ ਮਨੋਬਲ ਦੇ ਉੱਤੇ ਕਿਸੇ ਕਿਸਮ ਦਾ ਅਸਰ ਪੈਂਦਾ? ਹਾਂ, ਪਹਿਲਾਂ ਤਾਂ ਮੈਂ ਕੁਸ਼ਤੀ ਬਾਰੇ ਕਹਾਂਗੇ, ਕੁਸ਼ਤੀ ਦੇ ਵਿੱਚੋਂ ਮੈਡਲ ਦੀ ਆਸ ਜਿੱਦਾਂ ਹੀ ਲਗਾ ਕੇ ਬੈਠੇ, ਕਿਉਂਕਿ ਪਿਛਲੀਆਂ 2 ਓਲੰਪਿਕ ਦੇ ਵਿੱਚ ਮੈਡਲ, ਦੋਨੋਂ ਓਲੰਪਿਕ ਦੇ ਵਿੱਚ ਮੈਡਲ ਆ ਚੁੱਕੇ ਆ। ਪਹਿਲੀ ਵਾਰ ਇੱਕ ਬ੍ਰੌਂਜ਼ ਮੈਡਲ ਆਇਆ, ਉਸ ਤੋਂ ਬਾਅਦ ਇੱਕ ਬ੍ਰੌਂਜ਼ ਇੱਕ ਸਿਲਵਰ ਆਇਆ, ਔਰ ਇਸ ਵਾਰ ਵੀ ਉਮੀਦ ਲਗਾ ਸਕਦੇ ਹਾਂ ਕਿ ਘੱਟ ਤੋਂ ਘੱਟ 2 ਮੈਡਲ ਦੀ ਉਮੀਦ ਲਗਾ ਸਕਦੇ ਹਾਂ। ਠੀਕ ਹੈ, ਜ਼ਿਆਦਾ ਵੀ ਹੋ ਸਕਦਾ ਇੱਕ ਅੱਧਾ, ਲੇਕਿਨ 2 ਦੀ ਤਾਂ ਹੈ ਉਮੀਦ। ਬਾਕੀ ਜਿਹੜੀ ਨਰਸਿੰਘ ਦੀ ਗੱਲ ਹੈ, ਨਰਸਿੰਘ ਜਦੋਂ ਕੋਈ ਵੀ ਕਿਸੇ ਨੂੰ ਕੋਈ ਡਿਸਟਰਬੇਸ਼ਨ ਹੁੰਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ, ਉਹਦੇ ਵਿੱਚ ਪ੍ਰੈਕਟਿਸ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਆ। ਜੇ ਅਸੀਂ ਸੋਚਦੇ ਹਾਂ ਵੀ ਇੱਕ ਦਿਨ ਸਾਡੀ ਪ੍ਰੈਕਟਿਸ ਮਿਸ ਹੋ ਜਾਵੇ ਤਾਂ ਸਾਨੂੰ ਬਹੁਤ ਫਰਕ ਪੈਂਦਾ ਆ, ਔਰ ਜਿਸ ਬੰਦੇ ਨੂੰ ਇੱਕ ਮਹੀਨਾ ਕੋਟਾਂ ਦੇ ਵਿੱਚ ਬਸ ਭੱਜ ਨੱਠ ਪਵੇ ਤਾਂ ਉਹਦੇ ਵਿੱਚ ਉਹਦੀ ਪ੍ਰੈਕਟਿਸ 'ਤੇ ਬਹੁਤ ਅਸਰ ਪੈਂਦਾ ਆ। ਔਰ ਨਰਸਿੰਘ ਯਾਦਵ ਜਿਹੜਾ ਬਹੁਤ ਜ਼ਿਆਦਾ ਮਿਹਨਤੀ ਲੜਕਾ ਆ, ਉਹਦੇ ਵਿੱਚ ਕੁਆਲਿਟੀ ਹੈ ਓਲੰਪਿਕ 'ਚੋਂ ਮੈਡਲ ਲੈਣ ਦੀ, ਲੇਕਿਨ ਜੋ ਪਿੱਛੇ ਚੱਲਦਾ ਰਿਹਾ, ਪਹਿਲਾਂ ਸੁਸ਼ੀਲ ਨਾਲ ਵਿਵਾਦ ਚੱਲਦਾ ਰਿਹਾ ਵੀ ਮੈਂ ਜਾਣਾ ਜਾਂ ਉਹਦੇ, ਉਸ ਤੋਂ ਬਾਅਦ ਡੋਪ ਦਾ ਚੱਲਦਾ ਰਿਹਾ, ਉਹਦੇ ਵਿੱਚ ਉਹਦੀ ਕਾਫੀ ਪ੍ਰੈਕਟਿਸ 'ਤੇ ਫਰਕ ਪਿਆ, ਲੇਕਿਨ ਮੈਂ ਉਮੀਦ ਕਰਦਾ ਕਿ ਉਹ ਮਤਲਬ ਆਸ ਕਰਦਾ ਕਿ ਉਹ ਮੈਡਲ ਜ਼ਰੂਰ ਲੈ ਕੇ ਆਵੇਗਾ। ਯੋਗੇਸ਼ਵਰ ਦੱਤ ਤੋਂ ਕਿੰਨੀਆਂ ਉਮੀਦਾਂ ਨੇ? ਮੈਂ ਉਹ ਤੋਂ 100% ਉਮੀਦ ਲਾਉਣਾ, ਕਿਉਂਕਿ ਜਿੰਨੀ ਮਿਹਨਤ ਤੋਂ ਉਹ ਇਨਸਾਨ ਕਰਦਾ, ਮੈਂ ਅੱਜ ਤੱਕ ਇੰਨੀ ਮਿਹਨਤ ਕਰਦਾ ਕੋਈ ਨਹੀਂ ਦੇਖਿਆ, ਕਿਉਂਕਿ ਉਸਨੇ ਪਹਿਲੀ ਓਲੰਪਿਕ ਦੇ ਵਿੱਚ ਜਦੋਂ ਮੈਡਲ ਨਹੀਂ ਸੀ ਆਇਆ ਤਾਂ ਉਸ ਬੰਦੇ ਨੇ ਕਈ ਦਿਨ ਖਾਣਾ ਨਹੀਂ ਖਾਧਾ, ਕਿਉਂਕਿ ਉਹ ਮਤਲਬ ਫਾਈਨਲ 'ਚ ਜਾਣ ਦਾ, ਕਿਉਂਕਿ ਇੱਕ ਵੀਕ ਮਹੀਨਾ ਪਹਿਲਾਂ ਇੱਕ ਏਸ਼ੀਅਨ ਚੈਂਪੀਅਨਸ਼ਿਪ 'ਚ ਜਿਹੜੇ ਪਹਿਲਵਾਨ ਨੂੰ ਜਪਾਨੀ ਨੂੰ ਹਰਾ ਰਿਹਾ ਹੈ, ਔਰ ਉਹ ਇੱਕ ਮਹੀਨੇ ਬਾਅਦ ਉਸ ਤੋਂ ਸੈਮੀਫਾਈਨਲ ਦੇ ਵਿੱਚ ਹਾਰ ਗਿਆ, ਅਤੇ ਉਸ ਦਾ ਦਿਲ ਉਦੋਂ ਬਹੁਤ ਟੁੱਟਾ, ਲੇਕਿਨ ਉਸਨੇ ਉਸ ਤੋਂ ਅਗਲੀ ਜਿਹੜੀ ਓਲੰਪਿਕ ਹੋਈ ਆ, 4 ਸਾਲ ਉਹ ਬੰਦਾ ਸੁੱਤਾ ਨਹੀਂ ਆ, ਉਹਨੇ ਰਾਤ ਦਿਨ ਇੱਕ ਕਰਕੇ ਅਤੇ ਮੈਡਲ ਲਿਆ, ਔਰ ਇਸ ਵਾਰ ਉਹਦੀ ਲਾਸਟ ਓਲੰਪਿਕ ਆ, ਔਰ ਉਸਦਾ ਨਿਸ਼ਾਨਾ ਇੱਕ ਆ, ਸਿਰਫ ਗੋਲਡ ਦਾ ਨਿਸ਼ਾਨਾ। ਜਦੋਂ ਬਹੁਤ ਵੱਡਾ ਨਿਸ਼ਾਨਾ ਲੈ ਕੇ ਕੋਈ ਚੱਲਦਾ ਆ ਤਾਂ ਕੋਈ ਨਾ ਕੋਈ ਮਤਲਬ ਮੈਡਲ ਤਾਂ ਜ਼ਰੂਰ ਆਉਂਦਾ ਆ, ਇਸ ਕਰਕੇ ਉਹ ਨਿਸ਼ਾਨਾ ਵੱਡਾ ਸੋਚਿਆ ਉਹਨੇ, ਅਤੇ ਮੈਡਲ ਮੈਂ ਆਸ ਕਰਦਾ ਕਿ ਮੈਡਲ ਉਹਦਾ ਜ਼ਰੂਰ ਆਵੇਗਾ। ਪ੍ਰਗਟ ਸਿੰਘ ਜੀ, ਇੱਕ ਕੁੱਲ ਸਵਾਲ ਆ ਜਿਹੜਾ ਸਭ ਦੇ ਮਨਾਂ ਦੇ ਵਿੱਚ ਪੈਦਾ ਹੋ ਰਿਹਾ, ਮੀਡੀਆ ਦੇ ਵੱਖ ਵੱਖ ਅੰਗਾਂ ਦੇ ਵਿੱਚ ਇਹ ਰਿਪੋਰਟ ਆਈ ਹੈ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵੱਲੋਂ ਰੀਓ ਓਲੰਪਿਕ ਦੇ ਵਿੱਚ ਟੀਮ ਭੇਜੇ ਜਾਣ ਤੋਂ ਪਹਿਲਾਂ ਕੇਂਦਰ ਨੂੰ ਇੱਕ 200 ਸਫ਼ਿਆਂ ਦੀ ਰਿਪੋਰਟ ਦਿੱਤੀ ਗਈ ਸੀ, ਇਹ ਗੱਲ ਕਹੀ ਗਈ ਸੀ ਕਿ 19 ਮੈਡਲਾਂ ਦੀ ਤਾਂ ਗਰੰਟੀ ਹੈ ਸਾਨੂੰ, ਤੁਸੀਂ ਇਹ ਜਿਹੜਾ ਵੇਲੇ ਤੋਂ ਪਹਿਲਾਂ ਅੰਦਾਜ਼ਾ ਲੱਗਦਾ, ਇਹਦੇ ਉੱਤੇ ਕੀ ਟਿੱਪਣੀ ਕਰਨਾ ਚਾਹੋ? ਅਸਲੀ ਗੱਲ ਹੈ ਟੈਣਾ ਜੀ, ਬਦਕਿਸਮਤੀ ਆ ਸਾਡੇ ਦੇਸ਼ ਦੀ ਜੀ, ਆਪਾਂ ਤਾਂ ਹਜੇ 2016 ਦੀ ਗੱਲ ਕਰਦੇ ਹਾਂ ਅਤੇ ਬਹੁਤੀਆਂ ਟੀਮਾਂ ਜਿਹੜੀਆਂ 2028 ਦੀ ਜਾਂ 2032 ਦੀ ਤਿਆਰੀ 'ਚ ਲੱਗੀਆਂ ਹੋਈਆਂ, ਕਿਉਂਕਿ ਸਾਡੇ ਤਾਂ ਉਹ ਗੱਲ ਹੈਗੀ ਆ ਵੀ ਨੇੜੇ ਆਈ ਜੰਝ ਤਾਂ ਬਿਨੋ ਕੁੜੀ ਦੇ ਕੰਮ, ਕਿਉਂਕਿ ਪ੍ਰੋਬਲਮ ਕਿੱਥੇ ਆਈ ਆ, ਜਿਹੜਾ ਸਾਡਾ ਟੈਕਨੀਕਲ ਵਿੰਗ ਆ, ਕਿਉਂਕਿ ਇਹਦੇ 'ਚ ਹੋਇਆ ਕਿ
ਜਿਹੜੀ ਲੌਂਗ ਟਰਮ ਡਿਵੈਲਪਮੈਂਟ ਪ੍ਰੋਗਰਾਮ ਆ ਅਸੀਂ ਉਹਨੂੰ ਫੋਲੋ ਹੀ ਨਹੀਂ ਕਰਦੇ। ਇੱਕ ਐਥਲੀਟ ਨੂੰ ਬਣਨ ਲਈ 10 ਸਾਲ 10 ਤੋਂ 15 ਸਾਲ ਦਾ ਸਮਾਂ ਲੱਗਦਾ ਅਤੇ ਉਹ ਅਲੱਗ ਅਲੱਗ ਸਿਸਟਮ ਦੇ ਵਿੱਚ ਦੀ ਲੰਘਦਾ। ਅਸੀਂ ਸੋਚਦੇ ਹਾਂ ਵੀ ਸ਼ਾਇਦ ਓਲੰਪੀਅਨ ਜਾਂ ਓਲੰਪਿਕ ਦਾ ਮੈਡਲ ਲੈ ਆਉਣਾ, ਕਈ ਸਾਡੇ ਬਿਊਰੋਕਰੈਟ ਵੀ ਸੋਚਦੇ ਆ, ਕਈ ਸਾਡੇ ਪੋਲੀਟੀਸ਼ੀਅਨ ਵੀ ਸੋਚਦੇ ਆ, ਕਈ ਸਾਡੇ ਮੀਡੀਆ ਵਾਲੇ ਦੋਸਤ ਵੀ ਸੋਚਦੇ ਵੀ ਹਾਂ ਵੀ ਇਹ ਤਾਂ ਜਾ ਕੇ ਤਾਂ ਲੈ ਆਉਣਾ। ਇਹ ਇੱਦਾਂ ਦੀ ਗੱਲ ਨਹੀਂ ਹੈ, ਕਿਉਂਕਿ 15 ਸਾਲ ਦਾ ਸਮਾਂ ਕੰਸਿਸਟੈਂਟਲੀ ਔਰ ਕਿਹੜੇ ਕਿਹੜੇ ਉਹਦੇ ਵਿੱਚੋਂ ਸਫ਼ਰ ਦੇ ਵਿੱਚੋਂ ਲੰਘਦਾ ਜਿਹੜਾ ਸਪੋਰਟਸਮੈਨ ਆ ਉਹ ਅਸੀਂ ਕਦੀ ਐਨਾਲਾਈਜ਼ ਨਹੀਂ ਕੀਤਾ। ਜਿੰਨੀਆਂ ਸਾਡੀਆਂ ਫੈਡਰੇਸ਼ਨਸ ਹੈ, ਐਸੋਸੀਏਸ਼ਨਸ ਆ, ਉਹਦੀ ਜਿਹੜੀ ਮਾਨਸਿਕਤਾ ਆ ਉਹ ਕਿਤੇ ਪਲੇਅਰ ਦੇ ਪ੍ਰਤੀ ਕੂਲ ਤਾਂ ਹੈ ਹੀ ਨਹੀਂ ਹੈ। ਕਿਉਂਕਿ ਮੈਨੂੰ ਜਦੋਂ ਮੈਂ ਸਪੋਰਟਸ ਪਾਲਿਸੀ ਬਣਾਈ ਆ ਨਾ ਪੰਜਾਬ ਦੀ, ਉਦੋਂ ਮੈਨੂੰ ਸਾਰੀਆਂ ਦੁਨੀਆ ਦੀਆਂ ਸਪੋਰਟਸ ਪਾਲਿਸੀਜ਼ ਪੜ੍ਹਨ ਦਾ ਮੌਕਾ ਮਿਲਿਆ, ਉਹਦੇ ਗੋਥਰੂ ਹੋਣ ਦਾ ਮੌਕਾ ਮਿਲਿਆ ਵੀ ਦੁਨੀਆ ਦੇ ਉੱਤੇ ਹੈ ਕੀ ਆ। 3-tier ਸਿਸਟਮ ਆ ਸਪੋਰਟਸ ਇਨ ਜਨਰਲ, ਸਪੈਸੀਫਿਕ ਐਂਡ ਸੁਪਰ ਸਪੈਸ਼ਲਾਈਜੇਸ਼ਨ। ਹੁਣ ਚਾਈਨਾ ਨੇ ਕੀ ਕੀਤਾ, ਚਾਈਨਾ ਨੇ ਅੱਜ ਤੋਂ 35 ਸਾਲ ਪਹਿਲਾਂ ਇੱਕ ਸਰਵੇ ਕਰਵਾਇਆ ਵੀ ਇੱਕ ਚਾਈਨੀਜ਼ ਰੋਜ਼ ਦਾ 25 ਕਿਲੋਮੀਟਰ ਸਾਈਕਲ ਚਲਾਉਂਦਾ। ਉਹਨਾਂ ਨੇ 25 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸਵਿਮਿੰਗ, ਜਿਮਨਾਸਟਿਕ, ਐਥਲੈਟਿਕਸ ਇਹਦੇ ਤਿੰਨਾਂ ਗੇਮਾਂ ਦੇ, ਕਿਉਂਕਿ ਦੀਜ਼ ਆਰ 3 ਮਦਰ ਗੇਮਸ, ਅੱਛਾ ਇਹਨਾਂ ਤਿੰਨਾਂ ਗੇਮਾਂ ਦੇ ਉਹਨਾਂ ਨੇ ਸੈਂਟਰ ਬਣਾ ਤੇ ਅਤੇ ਥਰੂ ਆਊਟ ਚਾਈਨਾ 4.5 ਲੱਖ ਸੈਂਟਰ ਬਣਾਇਆ ਜਿਹਦੇ 'ਚ 9 ਕਰੋੜ ਬੱਚਾ ਉਹਨਾਂ ਨੇ ਸਿਸਟਮ ਦੇ ਵਿੱਚ ਲੈ ਲਿਆ। ਉਸ 9 ਕਰੋੜ 'ਚੋਂ 9 ਲੱਖ ਬੱਚਾ ਸਿਲੈਕਟ ਕਰਦੇ ਆ ਫੋਰ ਸਪੈਸ਼ਲਾਈਜੇਸ਼ਨ ਔਰ ਉਸ 9 ਲੱਖ 'ਚੋਂ 9,000 ਬੱਚਾ ਸਿਲੈਕਟ ਕਰਦੇ ਫੋਰ ਸੁਪਰ ਸਪੈਸ਼ਲਾਈਜੇਸ਼ਨ। ਪਿਛਲੇ 30 ਸਾਲਾਂ ਦਾ ਰਿਜ਼ਲਟ ਕੀ ਆ, ਰਿਜ਼ਲਟ ਇਹ ਆ ਕਿ ਚਾਈਨਾ ਦੀ ਨੇਸ਼ਨ ਦੀ 2.5 ਇੰਚ ਹਾਈਟ ਇਨਕਰੀਜ਼ ਹੋ ਗਈ। ਉਹਨਾਂ ਨੇ ਆਪਣਾ ਹੈਲਥ ਦਾ 50% ਬਜਟ ਜਿਹੜਾ ਉਹ ਡਾਇਵਰਟ ਕਰਤਾ ਟੂ ਵਰਡ ਸਪੋਰਟਸ। ਸੋਚ ਕੀ ਆ, ਉਹ ਕਹਿੰਦੇ ਜੇ ਸਾਡਾ ਯੰਗਸਟਰ ਆ, ਸਾਡੀ ਨੇਸ਼ਨ ਹੈਲਦੀ ਆ ਅਤੇ ਸਾਨੂੰ ਇੰਨੇ ਹਸਪਤਾਲਾਂ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਨਾ, ਇਟ ਇਜ਼ ਏ ਕੋਨਸੈਪਟ। ਅੱਛਾ ਸਾਡੇ, ਅੱਛਾ ਉਹਨਾਂ ਦਾ ਜਿੰਨੀਆਂ ਵੀ ਡਿਵੈਲਪਡ ਕੰਟਰੀਜ਼ ਆ, ਆ ਸਾਡੇ ਤਾਂ ਸ਼ੋਭਾ ਡੇ ਨੇ ਵੀ ਇੱਕ ਟਵੀਟ ਕੀਤਾ ਵੀ ਇਹ ਤਾਂ ਜੀ ਉੱਦਾਂ ਹੀ ਚਲੇ ਗਿਆ ਜੀ, ਫਲਾਨ ਚਲੇ ਗਿਆ, ਤਿੰਨ ਕਰਵਾਉਣ ਦੇ ਲਈ ਗਏ ਨੇ। ਹਾਂ, ਅੱਛਾ ਗੱਲ ਇਹ ਹੈ ਕਿ ਜਿੰਨੀਆਂ ਵੀ ਡਿਵੈਲਪਡ ਕੰਟਰੀਜ਼ ਆ ਆਪਣੇ ਬਜਟ ਦਾ ਟੋਟਲ 10 ਤੋਂ 15% ਦੇ ਵਿੱਚ ਵਿੱਚ ਉਹ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਲਈ ਰੱਖਦੇ ਆ। ਕਿਉਂ ਰੱਖਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਬੰਦਾ ਚੰਗਾ ਬਣਾ ਦਿਓ। ਬੰਦਾ ਚੰਗਾ ਜੇ ਬਣ ਗਿਆ ਉਹਨੇ ਆਪਣੇ ਰੋਟੀ ਪਾਣੀ ਜੋਗਾ ਉਹਨੇ ਕੁਛ ਨਾ ਕੁਛ ਕਰ ਲੈਣਾ, ਉਹ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਲੈ ਜਾਊਗਾ। ਜੇ ਬੰਦਾ ਹੀ ਬਿਮਾਰ ਬਣ ਗਿਆ, ਜੇ ਬੰਦਾ ਹੀ ਨਾ ਬਣਿਆ, ਉਹਨੇ ਤੁਸੀਂ ਜਿੰਨੀਆਂ ਮਰਜ਼ੀ ਬਿਲਡਿੰਗਾਂ ਬਣਾ ਦਿਓ ਉਹਨੇ ਢਾਹ ਦੇਣੀਆਂ, ਉਹਨੇ ਤਾਂ ਨੈਗੇਟਿਵ ਪਾਸੇ ਨੂੰ ਜਾਣਾ। ਸੋ ਇਸ ਕਰਕੇ ਸਾਡਾ ਕੋਨਸੈਪਟ ਜਿੰਨਾ ਚਿਰ ਚੇਂਜ ਨਹੀਂ ਹੁੰਦਾ, ਸਾਡੀ ਫੋਕਸਿੰਗ ਜਿੰਨਾ ਚਿਰ ਚੇਂਜ ਨਹੀਂ ਹੁੰਦੀ, ਕਿਉਂਕਿ ਮੈਨੂੰ ਹੁਣ ਤਾਂ ਐਗਜੈਕਟਲੀ ਨਹੀਂ ਪਤਾ, ਪਰ ਸਾਡੇ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਲਈ ਜਿਹੜਾ ਬਜਟ ਸੀ 2010-11 ਦੇ ਵਿੱਚ ਮੈਂ ਉਦੋਂ ਦੇਖਿਆ ਸੀਗਾ 0.0007%, ਮੀਨਸ 1,000 ਰੁਪਈਏ ਪਿੱਛੇ ਅਸੀਂ 7 ਪੈਸੇ, 1,000 ਰੁਪਈਏ ਪਿੱਛੇ 7 ਪੈਸੇ ਨਹੀਂ ਟੋਟਲ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ 'ਤੇ ਲਾਉਂਦੇ ਹਾਂ। ਕਿਉਂਕਿ ਜੇ ਅਸੀਂ ਇਹ ਸੋਚਾਂਗੇ ਫਿਰ ਅਸੀਂ ਵਰਲਡ ਲੈਵਲ 'ਤੇ ਕੰਪੀਟ ਨਹੀਂ ਹੋ ਸਕਦੇ। ਉਹਨਾਂ ਨੇ ਕੀ ਕਰਦੇ, ਉਹ ਬੰਦਾ ਸ਼ੇਪ ਅਪ ਕਰਦੇ ਆ, ਐਜ਼ ਫਾਰ ਹੈਲਥ ਇਜ਼ ਕੰਸਰਨ, ਐਜ਼ ਫਾਰ ਸਾਈਕੋਲੋਜੀ ਇਜ਼ ਕੰਸਰਨ, ਐਜ਼ ਫਾਰ ਐਜੂਕੇਸ਼ਨ ਇਜ਼ ਕੰਸਰਨ, ਐਜ਼ ਫਾਰ ਗੁੱਡ ਸਿਟੀਜ਼ਨ ਇਜ਼ ਕੰਸਰਨ। ਉਹ ਹਰ ਬੰਦੇ ਦੀਆਂ ਹੈਬਿਟਸ ਨੂੰ ਉਹਦੇ ਵਿੱਚ ਇਨਕਲਕੇਟ ਕਰਕੇ ਅਤੇ ਇੱਕ ਸਿਸਟਮ 'ਚ ਪਾਉਂਦੇ ਆ। ਅਤੇ ਸਾਡਾ ਜਿਹੜਾ ਸਿਸਟਮ ਆ, ਜੇ ਅਸੀਂ 1,000 ਰੁਪਈਏ ਪਿੱਛੇ 7 ਪੈਸੇ ਲਾਵਾਂਗੇ, ਅਸੀਂ ਸੋਚਦੇ ਹਾਂ ਵੀ ਅਸੀਂ ਬੰਦੇ ਬਣਾ ਰਹੇ ਹਾਂ, ਅਸੀਂ ਸੋਚ ਰਹੇ ਹਾਂ ਵੀ ਅਸੀਂ ਸਪੋਰਟਸਮੈਨ ਬਣਾ ਰਹੇ ਹਾਂ, ਸਾਡੇ ਤਾਂ ਹਜੇ ਵੀ ਲੜਾਈ ਹੋਈ ਜਾਣ ਡਈ ਆ, 50 ਰੁਪਈਏ ਡਾਈਟ ਆ ਕਿ 100 ਰੁਪਈਆ ਡਾਈਟ ਆ ਕਿ 150 ਰੁਪਈਆ ਡਾਈਟ ਆ। ਇੱਕ ਬਈ ਵੇਟ ਲਿਫਟਰ ਨੂੰ, ਇੱਕ ਥਰੋਅਰ ਨੂੰ, ਇੱਕ ਭਲਵਾਨ ਨੂੰ ਜਿੰਨੀ ਡਾਈਟ ਚਾਹੀਦੀ ਆ ਉਨੀ ਇੱਕ ਜਿਮਨਾਸਟ ਨੂੰ ਨਹੀਂ ਚਾਹੀਦੀ। ਅੱਜ ਵੀ ਅਸੀਂ ਉੱਥੇ ਤੁਰੇ ਫਿਰਦੇ ਹਾਂ ਕਿਉਂਕਿ ਸਾਡਾ ਇਹ ਥੋਟ ਪ੍ਰੋਸੈਸ। ਹੁਣ ਸਾਡੀ ਜਿਮਨਾਸਟ ਆ ਉਹਦਾ ਫਿਜ਼ੀਓਥਰੈਪਿਸਟ ਨਹੀਂ ਨਾਲ ਗਿਆ, ਅੱਛਾ ਸਾਡੇ ਮਿਨਿਸਟਰ ਸਾਹਿਬ ਨਾਲ ਮੇਰੇ ਖਿਆਲ 8-9 ਦੀ ਟੀਮ ਤੁਰੀ ਫਿਰਦੀ ਆ, ਐਂਡ ਉਹ ਉਸ ਏਰੀਏ 'ਚ ਘੁੰਮ ਰਹੇ ਆ ਜਿਸ ਏਰੀਏ 'ਚ ਉਹਨਾਂ ਦੀ ਐਕਰੀਡੇਸ਼ਨ ਵੀ ਹੈ ਨਹੀਂ, ਗੇਮ ਪੁਆਇੰਟ ਵਾਲੀ ਥਾਂ 'ਤੇ। ਹਾਂ, ਮਤਲਬ ਮੈਂ ਕਿੰਨਾ ਹੱਦ ਹੋ ਗਈ ਯਾਰ, ਕਿਉਂਕਿ ਇਹ ਕਿਉਂਕਿ ਦੇਖੋ ਹੁੰਦਾ ਕੀ ਆ ਸਾਡੇ, ਮੈਂ ਤਾਂ ਹੁਣ ਪੋਲੀਟੀਕਲ ਸਿਸਟਮ ਵੀ ਦੇਖ ਲਿਆ, ਜਿਸ ਬੰਦੇ ਨੂੰ ਕਿਸੇ ਚੀਜ਼ ਦੀ ਸਮਝ ਹੀ ਨਹੀਂ ਜਦੋਂ ਉਹਨੂੰ ਹੈੱਡ ਬਣਾਓਗੇ ਤਾਂ ਫਿਰ ਉਹ ਇੱਦਾਂ ਹੀ ਹੋਊਗੀ, ਇਹੀ ਇਹਦੇ ਹਾਲ ਹੋਣਗੇ, ਇੱਦਾਂ ਹੀ ਅਸੀਂ ਕ੍ਰਿਬ ਕਰਾਂਗੇ, ਇੱਦਾਂ ਹੀ ਮੀਡੀਆ ਡਿਸਕਸ਼ਨ ਕਰੂਗਾ ਔਰ ਉਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈ। ਮੈਡਮ ਰਾਜਵੀਰ ਕੌਰ ਜੀ, ਤੁਸੀਂ ਕੁੱਲ ਕੀ ਮਹਿਸੂਸ ਕਰਦੇ ਹੋ ਬਤੌਰ ਖਿਡਾਰਨ, ਬਤੌਰ ਤੁਸੀਂ ਸਾਰਾ ਮਾਹੌਲ ਦੇਖਿਆ, ਤੁਸੀਂ ਨਵੇਂ ਪੂਰ ਨੂੰ ਖੇਡਦਿਆਂ ਦੇਖਦੇ ਆ, ਆਪਣੇ ਤੋਂ ਸੀਨੀਅਰਾਂ ਨੂੰ ਵੀ ਦੇਖਿਆ, ਖੁਦ ਆਪਣੇ ਸਮਕਾਲੀ ਖਿਡਾਰੀਆਂ ਨੂੰ ਵੀ ਦੇਖਿਆ, ਜੋ ਸਾਡੇ ਖਿਡਾਰੀ ਨੇ ਪੰਜਾਬ ਦੇ, ਅਸੀਂ ਗੱਲ ਕਰਦੇ ਮੇਨ ਤੌਰ 'ਤੇ, ਅਸੀਂ ਹਰਿਆਣੇ ਦੇ ਨਾਲੋਂ ਵੀ ਕਾਫੀ ਪਿੱਛੇ ਹਾਂ, ਅਸੀਂ ਵਰਲਡ ਦੀ ਜਦੋਂ ਗੱਲ ਕਰਦੇ ਹਾਂ ਉਦੋਂ ਤਾਂ ਪਿੱਛੇ ਹੋਣਾ ਕੁਦਰਤੀ ਹੈ। ਕੀ ਮੰਨਦੇ ਹੋ ਕਿ ਕੀ ਕਾਰਨ ਨੇ ਜੋ ਅੱਜ ਸਾਡਾ ਖਿਡਾਰੀਆਂ ਦਾ ਲਚਕਦਾਰ ਪ੍ਰਦਰਸ਼ਨ ਹੈ ਜਿਹੜਾ, ਇਸ ਤੋਂ ਇਲਾਵਾ ਕੀ ਤੁਸੀਂ ਕਹਿਣਾ ਚਾਹੋਗੇ ਕਿ ਸਾਡੇ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣ ਦੇ ਲਈ,
ਇਹਨਾਂ ਦੀ ਕੋਚਿੰਗ ਦੇ ਵਿੱਚ ਤਬਦੀਲੀਆਂ ਦੇ ਲਈ, ਇਹਨਾਂ ਨੂੰ ਸਹੂਲਤਾਂ ਜਿਹੜੀਆਂ ਉਹ ਹੱਦੋਂ ਵੱਧ ਦੇਣ ਦੇ ਲਈ ਕੀ ਕੁਝ ਹੋਰ ਕਰਨ ਦੀ ਲੋੜ ਹੈ? ਦੇਖੋ ਜੀ, ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਚਲੋ ਜੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਵਿੱਚੋਂ ਜਿਹੜਾ ਮਤਲਬ ਹਾਕੀ ਦਾ ਜਿਹੜਾ ਸਪੈਸ਼ਲੀ ਵਿਮੈਨ ਹਾਕੀ ਦਾ ਜਿਹੜਾ ਆ ਗ੍ਰਾਫ ਬਹੁਤ ਜ਼ਿਆਦਾ ਡਾਊਨ ਗਿਆ। ਉਹਦੇ ਵਿੱਚ ਮੇਨ ਰੀਜ਼ਨ ਇਹ ਹੈ ਵੀ ਸਾਡੀ ਜਿਹੜੀ ਪਿੰਡਾਂ ਦਾ ਕੰਮ ਸੀਗਾ ਉਹ ਸਾਰਾ ਖਤਮ ਹੋ ਗਿਆ, ਕਿਉਂਕਿ ਜਿੱਦਾਂ ਕੋਈ ਸਪੋਰਟਸ ਵਿੰਗ ਜਗ੍ਹਾ ਜਗ੍ਹਾ ਚੱਲਦੇ ਸੀਗੇ, ਉਹ ਸਪੋਰਟਸ ਵਿੰਗ ਖਤਮ ਹੋਣ ਦੇ ਨਾਲ ਕੀ ਹੈ, ਕਿਉਂਕਿ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਤਾਂ ਆਣ ਕੇ ਹੋਸਟਲ ਦੇ ਵਿੱਚ ਹੀ ਰਹਿ ਸਕਦੇ ਆ ਅਤੇ ਉੱਥੋਂ ਹੀ ਜਿੰਨੀ ਕੁ ਉਹਨਾਂ ਡਾਇਟ ਮਿਲੀ ਉਸ ਹਿਸਾਬ ਨਾਲ ਕੰਮ ਚੱਲਦਾ ਆ। ਉਹ ਜਿਹੜਾ ਕੰਮ ਖਤਮ ਹੋਣ ਦੇ ਨਾਲ ਫਿਰ ਜਿੰਨੇ ਸਾਡੇ ਕੋਈ ਜ਼ੋਨਲ ਲੈਵਲ 'ਤੇ ਡਿਸਟ੍ਰਿਕਟ ਲੈਵਲ 'ਤੇ ਛੋਟੇ ਛੋਟੇ ਟੂਰਨਾਮੈਂਟ ਸੀ ਉਹ ਸਾਰੇ ਖਤਮ ਹੋ ਗਏ, ਜਿਹੜਾ ਆਪਸ 'ਚ ਕੰਪੀਟੀਸ਼ਨ ਸੀ ਉਹ ਖਤਮ ਹੋਇਆ। ਠੀਕ ਆ ਕਿ ਅਕੈਡਮੀਆਂ ਪੰਜਾਬ ਗਵਰਨਮੈਂਟ ਨੇ ਕੁਛ ਅਕੈਡਮੀਆਂ ਜ਼ਰੂਰ ਬਣਾਈਆਂ, ਲੇਕਿਨ ਅਕੈਡਮੀਆਂ ਦੇ ਨਾਲ ਬਾਕੀ ਜਿਹੜਾ ਸਿਸਟਮ ਸੀ ਉਹ ਸਾਰਾ ਖਰਾਬ ਹੋ ਗਿਆ, ਜਿਹੜਾ ਕੰਪੀਟੀਸ਼ਨ ਸੀ ਉਹ ਖਤਮ ਹੋ ਗਿਆ। ਅਤੇ ਉਹ ਹਰਿਆਣੇ ਦੇ ਵਿੱਚ ਕੀ ਆ ਵੀ ਉਹਨਾਂ ਦਾ ਤੁਹਾਨੂੰ ਪਤਾ ਹੈ, ਮੈਂ ਨੈਸ਼ਨਲ ਸੀਗੀ ਉੱਥੇ, ਮੈਨੂੰ ਜਾਣ ਦਾ ਉੱਥੇ ਮੌਕਾ ਮਿਲਿਆ ਅਤੇ ਦੇਖਿਆ ਕਿ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਛੋਟੇ ਛੋਟੇ ਬੱਚੇ ਆਏ ਹੋਏ ਵੀ ਇਹ ਕੀ ਰੀਜ਼ਨ ਆ। ਉਹ ਕਹਿੰਦੇ ਵੀ ਇਹ ਅੱਜ ਹਰਿਆਣਾ ਵਾਲਿਆਂ ਨੇ ਕੀ ਆ ਵੀ ਇੱਥੇ ਨਾ ਟ੍ਰਾਇਲਸ ਰੱਖੇ ਆ 10 ਅਤੇ 12 ਅੰਡਰ 12 ਵਾਲੇ ਬੱਚਿਆਂ ਦੇ, ਜਦ ਜਿਹੜੇ ਕਿ ਉਹਨਾਂ ਨੂੰ 5,000 ਰੁਪਈਆ ਸਕੋਲਰਸ਼ਿਪ ਪਰ ਮੰਥ, ਅਤੇ ਅੱਜ ਉਹਨਾਂ ਨੇ ਕੀ ਉਹ ਬੱਚੇ ਸਿਲੈਕਟ ਕਰਕੇ ਹਰ ਗੇਮ ਦੇ ਵਿੱਚ ਉਹਨਾਂ ਨੇ ਉਹ ਜਿਹੜੇ ਆ ਉਹਨਾਂ ਨੂੰ ਹੁਣ ਤੋਂ ਟ੍ਰੇਨਿੰਗ ਦੇਣੀ ਜਿਹੜੀ ਉਹ ਸ਼ੁਰੂ ਕਰਨੀ ਆ। ਅਤੇ ਮੈਨੂੰ ਲੱਗਦਾ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜਿਹਾ ਜਿਹੜਾ ਕੰਮ ਆ ਉਹ ਸਾਰਾ ਜਿਹੜਾ ਖਤਮ ਹੋ ਗਿਆ, ਕਿਉਂਕਿ ਜਿੱਦਾਂ ਬੀਂਗ ਏ ਸਪੋਰਟਸਮੈਨ ਮੈਂ ਹੀ ਲੈ ਲਓ ਕਿ ਮੈਨੂੰ ਆਪਣੇ ਵਿਮੈਨ ਹਾਕੀ ਦੇ ਵਿੱਚ ਹੀ ਨਹੀਂ ਪਤਾ ਵੀ ਕੀ ਹੋ ਰਿਹਾ ਆ। ਅਤੇ ਸੋ ਇਹੋ ਜਿਹੀਆਂ ਚੀਜ਼ਾਂ ਵੱਲ ਜਿਹੜਾ ਵੀ ਆਪਣੀ ਆਪਣੀ ਜੇ ਸਾਰੀਆਂ ਸਟੇਟਾਂ ਆਪਣੇ ਸਪੋਰਟਸ ਵੱਲ ਧਿਆਨ ਦੇਣਗੀਆਂ ਤਾਂ ਫਿਰ ਹੀ ਆਪਾਂ ਕਿਤੇ ਕੁੜੀਆਂ ਦਾ ਹਾਕੀ ਦੇ ਵਿੱਚ ਚੰਗਾ ਪ੍ਰਦਰਸ਼ਨ ਹੋਵੇ, ਇਹਦੇ ਲਈ ਕੀ ਜਿਹੜੀਆਂ ਉਹ ਜ਼ਰੂਰਤਾਂ ਨੇ, ਕੀ ਕੁਝ ਕਰਨ ਦੀ ਲੋੜ ਹੈ ਤੁਹਾਡੇ ਖਿਆਲ ਮੁਤਾਬਕ? ਉਹਦੇ ਵਿੱਚ ਇਹੀ ਆ ਜੀ, ਜਗ੍ਹਾ ਜਗ੍ਹਾ ਜਿਹੜੇ ਆ ਸਕੂਲ ਜਿੱਥੇ ਆਲਰੇਡੀ ਪਹਿਲਾਂ ਚੱਲਦੇ ਸੀ ਸਪੋਰਟਸ ਵਿੰਗ ਜਿਹੜੇ ਆ ਵੀ ਉਹ ਬਹਾਲ ਕੀਤੇ ਜਾਣ, ਅਤੇ ਹੁਣ ਤਾਂ ਗਵਰਨਮੈਂਟ ਨੇ ਬਹੁਤ ਕੁਛ ਕੀਤਾ ਪਿੰਡਾਂ ਦੇ ਵਿੱਚ ਜਿੱਥੇ ਲੱਗਦਾ ਵੀ ਲੜਕੀਆਂ ਨਹੀਂ ਜਾ ਸਕਦੀਆਂ ਦੂਰ ਤੱਕ, ਅਤੇ ਉੱਥੇ ਜਿਹੜੇ ਆ ਵੀ ਜਿਹੜੀ ਜਿਹੜੀ ਜਿਸ ਗੇਮ ਦੀ ਵੀ ਬੈਲਟ ਹੈਗੀ ਆ ਉਸ ਹਿਸਾਬ ਦੇ ਨਾਲ ਉੱਥੇ ਸੈਂਟਰ ਬਣਾ ਕੇ ਜਿਹੜੇ ਆ ਵੀ ਅੱਛੇ ਕੋਚਿਸ ਜਿਹੜੇ ਆ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਆ। ਅਗਰ ਕੋਚਿਸ ਦੀ ਭਰਤੀ ਨਹੀਂ ਵੀ ਹੋਈ ਤਾਂ ਇਹਨਾਂ ਨੂੰ ਲੱਗਦਾ ਵੀ ਪੁਰਾਣੇ ਜਿੰਨੇ ਸਪੋਰਟਸਮੈਨ ਆ ਉਹ ਵੀ ਇੰਟਰਸਟ ਰੱਖਦੇ ਆ, ਜਿੱਦਾਂ ਹੁਣ ਮੈਂ ਹੀ ਹਾਂ, ਮੈਂ 3 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ ਸੀ ਬੈਂਕ ਦੇ ਵਿੱਚੋਂ, ਮੈਨੂੰ ਇਹ ਸੀਗਾ ਕਿ ਮੈਂ ਸਪੋਰਟਸ ਲਈ ਵੀ ਕੁਛ ਨਾ ਕੁਛ ਕਰਨਾ ਚਾਹੁੰਦੀ ਸੀ, ਪਰ ਮੈਨੂੰ ਕੋਈ ਵੀ ਇਹੋ ਜਿਹਾ ਰਸਤਾ ਨਹੀਂ ਦੇਖਿਆ ਵੀ ਜਿਹੜਾ ਮੈਂ ਸਪੋਰਟਸ ਲਈ ਕੁਛ ਕਰ ਸਕਾਂ। ਔਰ ਮੇਰੇ ਨਾਲ ਦੇ ਇਹੋ ਜਿਹੇ ਹੋਰ ਵੀ ਬੜੇ ਸਪੋਰਟਸਮੈਨ ਜਿਹੜੇ ਆ ਘਰਾਂ ਦੇ ਵਿੱਚ ਬੈਠੇ ਆ, ਜੇ ਆਪਾਂ ਉਹਨਾਂ ਦੇ ਸਰਵਿਸਿਜ਼ ਲੈਣਾ ਲੈ ਕੇ ਆਪਾਂ ਕੁਛ ਡਿਵੈਲਪਮੈਂਟ ਕਰਨਾ ਚਾਹੀਏ ਤਾਂ ਮੈਨੂੰ ਲੱਗਦਾ ਵੀ ਆਪਾਂ ਬੜੀ ਮਹੱਤਵਪੂਰਨ ਗੱਲ ਕਹੀ ਤੁਸੀਂ ਧੀਰਾ ਜੀ। ਤੁਹਾਡੇ ਨਾਲ ਮੈਂ ਇਹ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਤੁਸੀਂ ਵੀ ਜਾਣਦੇ ਹੋ, ਪਿਛਲੇ ਲੰਮੇ ਸਮੇਂ ਤੋਂ ਵਿਚਰ ਰਹੇ ਹੋ ਖੇਡ ਖੇਤਰ ਦੇ ਵਿੱਚ, ਕਿ ਰਾਜਨੀਤੀ ਹਰ ਥਾਂ ਦੇ ਉੱਤੇ ਭਾਰੂ ਹੈ। ਬਹੁਤ ਸਾਰੀਆਂ ਖੇਡ ਫੈਡਰੇਸ਼ਨਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਲ ਵੱਖ ਵੱਖ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਕਈ ਰਾਜਨੀਤਿਕ ਲੋਕ ਜੁੜੇ ਹੋਏ ਨੇ। ਕੀ ਮੰਨਦੇ ਹੋ ਕਿ ਭਾਰਤ ਦਾ ਖੇਡਾਂ ਦੇ ਵਿੱਚ ਜਿਹੜਾ ਮਾੜਾ ਪ੍ਰਦਰਸ਼ਨ ਹੈ ਉਹਦੇ ਪਿੱਛੇ ਕਾਰਨ ਇੱਕ ਇਹ ਵੀ ਹੈ ਕਿ ਰਾਜਨੀਤੀ ਭਾਰੂ ਹੋ ਚੁੱਕੀ ਹੈ? ਬਿਲਕੁਲ ਜੀ, ਰਾਜਨੀਤੀ ਦੇਖੋ, ਜੇ ਕੋਈ ਸਪੋਰਟਸਮੈਨ ਹੈ, ਅੱਛਾ ਸਪੋਰਟਸਮੈਨ ਹੈ, ਜੇ ਉਹਨੂੰ ਹੈੱਡ ਬਣਾਇਆ ਜਾਵੇ, ਉਹਨੂੰ ਸਾਰੀਆਂ ਕਮੀਆਂ ਪੇਸ਼ੀਆਂ ਦਾ ਪਤਾ, ਸਪੋਰਟਸਮੈਨ ਨੂੰ ਪਤਾ ਵੀ ਇਹਨਾਂ ਨੂੰ ਕੀ ਖੁਰਾਕ ਚਾਹੀਦੀ ਆ ਅਤੇ ਕਿੱਦਾਂ ਦੀਆਂ ਗਰਾਊਂਡਾਂ ਚਾਹੀਦੀਆਂ, ਕੀ ਚਾਹੀਦਾ, ਉਹਨਾਂ ਨੂੰ ਮਤਲਬ ਹਰ ਚੀਜ਼ ਦਾ ਪਤਾ ਹੁੰਦਾ। ਜੇ ਕੋਈ ਆਮ ਬੰਦਾ ਹੈ ਉਹਨੂੰ ਪਤਾ ਹੀ ਨਹੀਂ ਵੀ ਸਪੋਰਟਸ ਹੈ ਕੀ ਹੈ, ਕੀ ਹੁੰਦੀ ਕੀ ਹੈ, ਇਹ ਸ਼ੁਰੂ ਕਿੱਥੋਂ ਹੁੰਦੀ ਹੈ, ਇਹਦਾ ਕੀ ਹੈ, ਟੈਕਨੀਕਲੀ ਕੀ ਹੈ, ਅਤੇ ਜੇ ਉਹਨਾਂ ਨੂੰ ਹੀ ਵਾਗਡੋਰ ਦੇਵਾਂਗੇ ਤਾਂ ਉਹ ਅਸੀਂ ਉਹ ਚੀਜ਼ਾਂ ਨਹੀਂ ਪਾ ਸਕਦੇ। ਇਸ ਕਰਕੇ ਇਹਦੇ ਵਿੱਚ ਜਿਹੜੇ ਚੰਗੇ ਚੰਗੇ ਪੁਰਾਣੇ ਪਲੇਅਰ ਆ, ਅੱਛੇ ਅੱਛੇ ਆ, ਸਾਰੇ ਉਹਨਾਂ ਨੂੰ ਲਿਆਉਣ ਕੇ ਉਹਨਾਂ ਨੂੰ ਨਾਲ ਸਰਵਿਸਿਸ ਲਈਆਂ ਜਾਣ ਉਹਨਾਂ ਦੀਆਂ, ਅਤੇ ਆਪਣੇ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਇਹੋ ਜਿਹੀ ਕੁਆਲਿਟੀ ਹੈਗੀ, ਕੱਢ ਸਕਦੇ ਅਸੀਂ ਗਰੋਸ ਲੈਵਲ ਤੋਂ। ਜਿੱਦਾਂ ਬੱਚੇ ਅਸੀਂ ਹੁਣ ਅਕੈਡਮੀ ਇੱਥੇ ਜਗਜੀਤ ਅਕੈਡਮੀ ਇੱਥੇ ਵਰਿਆਣੇ ਖੋਲ੍ਹੀ ਆ, ਉਹਦੇ ਵਿੱਚੋਂ ਮਤਲਬ 150 ਬੱਚਾ ਇਹ ਵੇਲੇ ਆਉਂਦਾ ਉੱਥੇ, ਔਰ ਉਹ ਬੱਚੇ ਪ੍ਰੈਕਟਿਸ ਕਰਦੇ ਆ, ਔਰ ਉਹ ਉਹਨਾਂ 'ਚ ਇਹੋ ਜਿਹੀਆਂ ਚੀਜ਼ਾਂ ਮਤਲਬ ਅਸੀਂ ਦੇਖਦੇ ਹਾਂ ਵੀ ਇਹ ਅੱਗੇ ਜਾ ਕੇ ਮੈਡਲ ਲੈ ਸਕਦੇ ਆ। ਜੇ ਉਹਨਾਂ ਨੂੰ ਸਾਂਭਾਂਗੇ ਤਾਂ ਅਸੀਂ ਸਾਂਭਦੇ ਹੀ ਨਹੀਂ, ਉਹਨਾਂ ਨੂੰ ਦੇਖਦੇ ਹੀ ਨਹੀਂ ਆ ਥੱਲੇ ਕੀ ਹੋ ਰਿਹਾ ਵਾ, ਇੰਨਾ ਧਿਆਨ ਹੀ ਨਹੀਂ ਆ ਇਹਨਾਂ ਚੀਜ਼ਾਂ ਵੱਲ ਅਸੀਂ ਦੇ ਰਹੇ। ਪ੍ਰਗਟ ਸਿੰਘ ਜੀ, ਚੀਨ ਦੇ ਇੱਕ ਮੀਡੀਆ ਗਰੁੱਪ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਪੀਪਲਜ਼ ਡੇਲੀ ਗਰੁੱਪ ਦੇ ਵੱਲੋਂ ਕਹੀ ਗਈ ਗੱਲ ਕਿ ਭਾਰਤ ਦਾ ਖੇਡਾਂ ਦੇ ਵਿੱਚ ਮਾੜਾ ਪ੍ਰਦਰਸ਼ਨ ਕੀ ਹੈ। ਇਹਦੇ ਕਾਰਨ ਕੁਝ ਕੁ ਉਹਨਾਂ ਨੇ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਦੱਸਿਆ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਸਕੂਲ ਪੱਧਰ ਤੋਂ ਖੇਡਾਂ ਦੀ ਜਾਗ ਨਹੀਂ ਲਾਈ ਜਾਂਦੀ, ਦੂਜਾ ਕਾਰਨ ਇਹ ਕਿ ਭਾਰਤ ਦੇ ਖਿਡਾਰੀ ਸ਼ਾਕਾਹਾਰੀ ਹੈ, ਤੀਜਾ ਇੱਥੇ ਧਰਮ ਦੀਆਂ ਵਲਗਣਾਂ ਦੇ ਵਿੱਚ ਫਸੇ ਹੋਏ ਆ, ਚੌਥਾ ਇੱਥੇ ਜੋ ਖੇਡਾਂ ਦੇ ਵਿੱਚ ਰਾਜਨੀਤੀ ਬਹੁਤ ਹੈ, ਅਤੇ ਪੰਜਵਾਂ ਬਜਟ ਦੀ ਘਾਟ ਇੱਥੇ ਬੜੀ ਹੈ। ਇਹਨਾਂ ਗੱਲਾਂ ਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਮੈਂ ਤਾਂ ਪਹਿਲਾਂ ਹੀ ਆਲਰੇਡੀ ਕਹਿ ਚੁੱਕਿਆ ਵੀ ਜੇ 1,000 ਰੁਪਈਏ ਪਿੱਛੇ 7 ਪੈਸੇ ਅਸੀਂ ਖਰਚਾਂਗੇ, ਦੇਖੋ ਬਾਕੀ ਸਾਡੇ ਪ੍ਰੋਬਲਮਸ ਤਾਂ ਹੈਗੀਆਂ, ਆਪਾਂ ਕਹੀਏ ਵੀ ਪ੍ਰੋਬਲਮਸ ਨਹੀਂ ਹੈਗੀਆਂ, ਇਹ ਤਾਂ ਸਾਨੂੰ ਦੇਖੋ ਜਿੰਨਾ ਚਿਰ ਅਸੀਂ ਇਹਨੂੰ ਨੈੱਟਵਰਕਿੰਗ ਪੂਰੀ ਨਹੀਂ ਕਰਦੇ, ਇਟ ਇਜ਼ ਲਾਈਕ ਏ ਪੈਰਾਮਿਡ, ਪੈਰਾਮਿਡ ਦੇ ਵਿੱਚ
ਕੁਆਂਟੀਟੀ ਤੋਂ ਕੁਆਲਿਟੀ, ਕੁਆਲਿਟੀ ਤੋਂ ਸੁਪਰ ਕੁਆਲਿਟੀ, ਐਂਡ ਜੋ ਉਸ ਸਿਸਟਮ ਦੇ ਵਿੱਚ ਜਿਹੜਾ ਜਿਹੜਾ ਵੀ ਮੈਨੇਜਮੈਂਟ ਜਿਹੜੀ ਆਉਂਦੀ ਆ ਉਹਦੀ ਇਹਦੇ ਬਾਰੇ ਅਵੇਅਰਨੈਸ, ਉਹ ਉਹਦੀ ਉਹਦੇ ਬਾਰੇ ਅਵੇਅਰਨੈਸ ਵੀ ਹਾਂ ਵੀ ਸਾਨੂੰ ਕਰਨਾ ਕੀ ਚਾਹੀਦਾ। ਅੱਜ ਸਪੋਰਟਸ ਸਾਇੰਸ ਦਾ ਬਹੁਤ ਵੱਡਾ ਰੋਲ ਹੈ, ਟੈਕਨੀਕਲਟੀ ਦਾ ਬਹੁਤ ਵੱਡਾ ਰੋਲ ਹੈ, ਕੋਚਸ ਦਾ ਬਹੁਤ ਵੱਡਾ ਰੋਲ ਹੈ। ਸਾਡੀ ਸਾਡੀ ਬਹੁਤ ਵੱਡੀਆਂ ਸਮੱਸਿਆਵਾਂ ਹੈਗੀਆਂ, ਔਰ ਕਿਉਂਕਿ ਥੋਟ ਪ੍ਰੋਸੈਸ ਇੱਕ ਨਹੀਂ ਹੈਗਾ, ਥੋਟ ਪ੍ਰੋਸੈਸ ਜਿੰਨਾ ਚਿਰ ਤੁਸੀਂ ਉਸ ਨੂੰ ਸਿਸਟਮ 'ਚ ਨਹੀਂ ਪਾਓਗੇ, ਕਿਉਂਕਿ ਦੇਖੋ 1961 ਦੇ ਵਿੱਚ ਸਾਡੀ ਐੱਨ ਆਈ ਐੱਸ ਬਣੀ ਸੀਗੀ, ਅੱਜ ਵੀ ਮੋਡਿਊਲ ਜਿਹੜਾ ਉੱਥੇ ਕੋਚਸ ਬਣਾਉਣ ਦਾ ਉਹ ਸੇਮ ਹੀ ਆ। ਜਦਕਿ ਟੈਕਨੋਲੋਜੀ ਨੇ ਵੀ ਚੇਂਜ ਆਈ ਆ, ਸਾਰਾ ਕੁਛ ਦੁਨੀਆ ਦੇ ਉੱਤੇ ਚੇਂਜ ਆਈ ਆ। ਅੱਛਾ ਜੇ ਸਾਡੇ ਕੋਲ ਉਹ ਨਹੀਂ, ਅਸੀਂ ਅਪਡੇਟ ਕਰ ਰਹੇ ਤਾਂ ਅਸੀਂ ਜਿਹੜੀਆਂ ਇੰਟਰਨੈਸ਼ਨਲ ਫੈਡਰੇਸ਼ਨਸ ਆ ਉਹਨਾਂ ਦੀ ਹੈਲਪ ਲੈ ਲਈਏ ਤਾਂ ਕਿ ਸਾਡੇ ਕੋਚਸ ਨੂੰ, ਦੇਖੋ ਕੋਚਸ ਐਂਡ ਡਾਕਟਰਸ ਹਮੇਸ਼ਾ ਇਹ ਆਪਣੀ ਆਪਣੀ ਨੌਲੇਜ ਨੂੰ ਅਪਗ੍ਰੇਡ ਕਰਦੇ ਰਹਿੰਦੇ ਦੁਨੀਆ ਦੇ ਉੱਤੇ, ਕਿਉਂਕਿ ਟੈਕਨੋਲੋਜੀ ਕੀ ਹੈਗੀ ਆ, ਕਿਉਂਕਿ ਹੁਣ ਹੁਣ ਕੀ ਆ ਕਿ ਅੱਜ ਤਾਂ ਕੈਮਰੇ ਦੇ ਕਰਕੇ, ਕਿਉਂਕਿ ਅਲੱਗ ਅਲੱਗ ਪਲੇਅਰਸ ਨੂੰ ਬਿਠਾਲ ਕੇ ਕਿ ਹਾਂ ਵੀ ਤੇਰੀਆਂ ਆਹ ਵੀਕਨੈਸ ਹੈਗੀਆਂ ਜਾਂ ਦੂਸਰੇ ਦੇ ਆਹ ਪਲੱਸ ਪੁਆਇੰਟ ਹੈਗੇ ਆ, ਇਹ ਸਾਰੀਆਂ ਚੀਜ਼ਾਂ ਨੂੰ ਹੌਲੀ ਹੌਲੀ ਸਾਨੂੰ ਸਿਸਟਮ 'ਚ ਲਿਆਉਣਾ ਪਊਗਾ। ਜੇ ਲਿਆਉਣਾ ਪਊਗਾ ਤਾਂ ਹੀ ਅਸੀਂ ਗਾਂਹ ਚੱਲਾਂਗੇ, ਨਹੀਂ ਤਾਂ ਨਹੀਂ ਚੱਲਾਂਗੇ, ਕਿਉਂਕਿ ਇਹ ਸਾਡੀਆਂ ਫੈਡਰੇਸ਼ਨਾਂ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ, ਕਿਉਂਕਿ ਸਾਡੀ ਕਿਰਦਾਰ ਦੇ ਵਿੱਚ ਪ੍ਰੋਬਲਮ ਹੈ। ਸਹੀ, ਕਿਉਂਕਿ ਸਾਡੇ ਦੇਖੋ ਹੁਣ ਚਲੋ ਮੈਂ ਹੈ ਤਾਂ ਆਊਟ ਆਫ ਦੀ ਵੇ, ਹੁਣ 1861 ਦਾ ਪੁਲਿਸ ਰੂਲ ਆ, ਪੁਲਿਸ ਰੂਲ ਇੰਗਲੈਂਡ ਦੇ ਵਿੱਚ ਵੀ ਉਹੀ ਆ ਅਤੇ ਸਾਡੇ ਵੀ ਉਹੀ ਆ। ਇੱਕੋ ਹੀ ਫਰਕ ਆ ਵੀ ਜਿਹੜਾ ਸਾਡੇ ਜਿਹੜਾ ਸਾਡਾ ਪੁਲਿਸਮੈਨ ਆ ਉਹਦਾ ਬਿਆਨ ਕੋਰਟ ਦੇ ਵਿੱਚ ਮੰਨਣਯੋਗ ਨਹੀਂ ਹੈਗਾ, ਅਤੇ ਜਿਹੜਾ ਉਹਨਾਂ ਦਾ ਕੌਂਸਟੇਬਲ ਆ ਉਹਨਾਂ ਮੰਨਣਯੋਗ ਆ, ਉਹ ਇਸ ਕਰਕੇ ਮੰਨਣਯੋਗ ਨਹੀਂ, ਜਾਂ ਤਾਂ ਉਹਨਾਂ ਨੂੰ ਇਸ ਗੱਲ ਦੀ ਸਾਡੇ 'ਤੇ ਸ਼ੱਕ ਸੀਗੀ ਵੀ ਹਾਂ ਵੀ ਸਾਡੇ ਪੁਲਿਸ ਵਾਲਾ ਕਿਤੇ ਇਨਵੈਸਟੀਗੇਸ਼ਨ ਵਧੀਆ ਨਹੀਂ ਕਰ ਸਕਦਾ ਜਾਂ ਫੇਅਰ ਨਹੀਂ ਕਰ ਸਕਦਾ, ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈਗੀ ਆ। ਸੋ ਵੀ ਹੈਵ ਟੂ ਬੀ ਵੈਰੀ ਸਪੈਸੀਫਿਕ ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਕਿਉਂਕਿ ਜਦੋਂ ਦੇਸ਼ ਦੀ ਗੱਲ ਕਰਦੇ ਹਾਂ ਉਦੋਂ ਤਾਂ ਸਾਡੇ ਦਰਵਾਜ਼ੇ ਤੱਕ ਹੀ ਸਾਡਾ ਦੇਸ਼ ਮੁੱਕ ਜਾਂਦਾ। ਸਹੀ, ਅਸੀਂ ਤਾਂ ਆਪਣੇ ਦੇਸ਼ ਨੂੰ, ਕਿਉਂਕਿ ਚਾਹੇ ਕਿਸੇ ਵੀ ਫੀਲਡ 'ਚ ਜਾਈਏ, ਕਿਉਂਕਿ ਜਿੰਨਾ ਚਿਰ ਅਸੀਂ ਆਪਣੀ ਜਿਹੜੀ ਇਹ ਜਿਹੜੀਆਂ ਇਹ ਓਲੰਪਿਕਸ ਹੁੰਦੀਆਂ ਜਾਂ ਕਾਮਨਵੈਲਥ ਗੇਮਸ ਹੁੰਦੀਆਂ, ਅਸੀਂ ਸ਼ੋਅ ਕੀ ਕਰਨਾ, ਸ਼ੋਅ ਕੇਸ ਕੀ ਕਰਨਾ ਕਿ ਸਾਡਾ ਯੂਥ ਜਿਹੜਾ ਕਿੰਨਾ ਹੈਲਦੀ ਅਤੇ ਖੁਸ਼ਹਾਲ ਆ, ਠੀਕ ਹੈ ਨਾ, ਦੁਨੀਆ ਨੂੰ ਇਹੀ ਮੈਸੇਜ ਦੇਣਾ ਨਾ। ਸੋ ਇਹ ਮੈਸੇਜ ਸਾਡੇ ਵੱਲੋਂ ਨਹੀਂ ਜਾ ਰਿਹਾ, ਇਹਦਾ ਮਤਲਬ ਇਹ ਹੋਇਆ ਵੀ ਸਾਡੇ ਇਸ ਸੈਗਮੈਂਟ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਆ, ਵੀਕਨੈਸ ਆ। ਉਸ ਕਮਜ਼ੋਰੀ ਦੀਆਂ ਜੜ੍ਹਾਂ ਨੂੰ ਲੱਭ ਕੇ ਉਹਦਾ ਬ੍ਰੌਡ ਬੇਸ ਕਰਕੇ, ਸਪੈਸ਼ਲਾਈਜੇਸ਼ਨ ਕਰਕੇ, ਸੁਪਰ ਸਪੈਸ਼ਲਾਈਜੇਸ਼ਨ ਕਰਕੇ ਅਸੀਂ ਉਸ ਲੈਵਲ 'ਤੇ ਪਹੁੰਚ ਸਕਦੇ ਹਾਂ। ਰਾਜਵੀਰ ਕੌਰ ਜੀ, ਜਦੋਂ ਤੁਸੀਂ ਹਾਕੀ ਖੇਡਦੇ ਸੀ ਉਦੋਂ ਦੇ ਵੇਲੇ ਦਾ ਅਤੇ ਜਦੋਂ ਦੀ ਹੁਣ ਹਾਕੀ ਆ, ਇਹਦਾ ਤੁਲਨਾਤਮਕ ਅਧਿਐਨ ਕਰਨਾ ਹੋਵੇ ਤਾਂ ਤੁਸੀਂ ਕਿਹੜੇ ਵੇਲੇ ਨੂੰ ਚੰਗਾ ਮੰਨਦੇ ਹੋ, ਅੱਜ ਦੀ ਕੁੜੀਆਂ ਦੀ ਹਾਕੀ ਟੀਮ ਨੂੰ ਤੁਸੀਂ ਕਿਹੜੇ ਪੱਧਰ 'ਤੇ ਖੜਾ ਮੰਨਦੇ ਹੋ? ਫਰਕ ਤਾਂ ਬਹੁਤ ਮਤਲਬ ਹੁਣ ਜਿਹੜੀ ਇਹ ਹਾਕੀ ਹੈ ਬਹੁਤ ਜ਼ਿਆਦਾ ਫਾਸਟ ਹੋ ਗਈ ਅੱਗੇ ਨਾਲੋਂ, ਪਰ ਲੇਕਿਨ ਮੇਰੀ ਵੀ ਹਾਕੀ ਸਾਰੀ ਜਿਹੜੀ ਮੈਂ ਟਰਫ ਦੀ ਹਾਕੀ ਖੇਡੀ ਹੋਈ ਆ, ਉਹਦੇ ਵਿੱਚ ਇਹੀ ਆ ਵੀ ਹੁਣ ਆਪਾਂ ਨੂੰ ਜਿਹੜਾ ਜੇ ਆਪਾਂ ਤੁਲਨਾ ਕਰੀਏ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੀ ਆ ਜਿਹੜਾ ਇਸ ਵੇਲੇ ਡਰੋਬੈਕ ਆ ਕੁੜੀਆਂ ਦੇ ਵਿੱਚ ਵੀ ਸਾਡੇ ਟਾਈਮ ਇਹ ਸੀਗਾ ਵੀ ਅਸੀਂ ਸ਼ਨੀਵਾਰ ਨੂੰ TV ਦੇਖਣ ਜਾਣਾ, ਹੁਣ ਹਰ ਇੱਕ ਬੱਚੇ ਦੇ ਹੱਥ 'ਚ ਮੋਬਾਈਲ ਫੜੇ ਹੋਏ ਆ, ਔਰ ਲੇਟ ਨਾਈਟ ਤੱਕ ਬੱਚੇ ਜਿਹੜੇ ਆ ਉਹ ਮੋਬਾਈਲ 'ਤੇ ਲੱਗੇ ਹੋਏ, ਸਵੇਰੇ ਤੁਸੀਂ ਪ੍ਰੈਕਟਿਸ ਜਿਹੜੀ ਉਹ ਪ੍ਰੋਪਰ ਨਹੀਂ ਕਰ ਸਕਦੇ ਜੇ ਤੁਸੀਂ ਰੈਸਟ ਪੂਰੀ ਪ੍ਰੋਪਰ ਨਹੀਂ ਕਰਦੇ। ਇਹ ਚੀਜ਼ਾਂ ਜਿਹੜੀਆਂ ਜੇ ਅੱਜ ਸਾਡੇ ਬੱਚਿਆਂ 'ਚ ਵੀ ਇਹੀ ਅੱਜ ਹੈਗੀਆਂ ਆ ਵੀ ਇਹ ਕਮੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਆ, ਕਿਉਂਕਿ ਆਪਣੇ ਆਪਣੇ ਰੂਮਸ ਦੇ ਵਿੱਚ ਸਾਰੇ ਲੱਗੇ ਹੋਏ। ਸਾਡੇ ਟਾਈਮ ਜਿਹੜਾ ਇਹ ਕੰਮ ਨਹੀਂ ਸੀ ਹੈਗਾ, ਫੋਨ ਵੀ ਜਿਹੜੇ ਹੁਣੇ ਕਿਸੇ ਘਰੋਂ ਵੀ ਫੋਨ ਆਉਣਾ ਉਹ ਵੀ ਉਹਦਾ ਸਪੈਸ਼ਲ ਇੱਕ ਟਾਈਮ ਹੁੰਦਾ ਸੀ, ਤੁਹਾਨੂੰ ਟਾਈਮ ਦਿੱਤਾ ਜਾਂਦਾ ਸੀ, ਜੇ ਮੋਬਾਈਲ ਹੱਥਾਂ ਸੀਗੇ ਉਹ ਵੀ ਕੋਚਿਸ ਤੁਹਾਡੇ ਕੋਲ ਲੈ ਲੈਂਦੇ ਸੀਗੇ, ਬਿਲਕੁਲ ਬਿਲਕੁਲ ਉਹ ਜਿਹੜਾ ਧਿਆਨ ਆ ਬੱਚਿਆਂ ਦਾ ਹਰ ਪਾਸੇ ਹੁਣ ਡਾਇਵਰਟ ਆ, ਕਿਉਂਕਿ TV ਹਰ ਮੀਡੀਆ ਮਤਲਬ ਬਹੁਤ ਜ਼ਿਆਦਾ ਹਾਵੀ ਹੈ, ਚੀਜ਼ਾਂ ਜਿਹੜੀਆਂ ਉਹਨਾਂ ਉਸ ਟਾਈਮ ਦੇ ਵਿੱਚ ਇਹ ਚੀਜ਼ਾਂ ਦੀ ਥੋੜ੍ਹੀ ਜਿਹੀ ਘੱਟ ਸੀਗਾ ਅਤੇ ਇਹਨਾਂ ਚੀਜ਼ਾਂ ਵੱਲ ਧਿਆਨ ਘੱਟ ਜਾਂਦਾ ਸੀਗਾ ਅਤੇ ਤੁਸੀਂ ਤੁਹਾਡਾ ਮੈਕਸੀਮਮ ਫੋਕਸ ਜਿਹੜਾ ਤੁਹਾਡੀ ਆਪਣੀ ਗੇਮ 'ਤੇ ਰਹਿੰਦਾ ਸੀਗਾ, ਉਹਦੀ ਹੁਣ ਇਸ ਵੇਲੇ ਜਿਹੜੀ ਆ ਵੀ ਉਹ ਕਮੀ ਚੱਲ ਰਹੀ ਹੈ। ਧੀਰਾ ਜੀ, ਤੁਸੀਂ ਬਤੌਰ ਖਿਡਾਰੀ ਕੀ ਮੰਨਦੇ ਹੋ ਕਿ ਰੈਸਲਿੰਗ ਦੇ ਵਿੱਚ, ਕੁਸ਼ਤੀ ਦੇ ਵਿੱਚ ਭਾਰਤ ਦਾ ਭਵਿੱਖ ਕੀ ਹੈ? ਭਵਿੱਖ ਬਹੁਤ ਅੱਛਾ ਹੈ ਜੀ ਭਵਿੱਖ, ਕਿਉਂਕਿ ਸਾਡੇ ਟਾਈਮ ਪਹਿਲਾਂ ਵੀ ਜਦੋਂ ਮੇਰੇ ਤੋਂ ਪਹਿਲਾਂ ਵੀ ਸੀ ਪੁਰਾਣੇ ਚਾਚਾ ਜੀ ਕਰਤਾਰ ਸਿੰਘ ਪਦਮ ਸ਼੍ਰੀ, ਉਹਨਾਂ ਏਸ਼ੀਆ ਦੇ ਗੋਲਡ ਮੈਡਲ ਦੋ ਵਾਰ ਦੇ, ਉਦੋਂ ਵੀ ਏਸ਼ੀਆ 'ਚੋਂ ਮੈਡਲ ਆਉਂਦੇ ਸੀਗੇ, ਲੇਕਿਨ ਓਲੰਪਿਕ ਦੇ ਲਾਗੇ ਬੰਨੇ ਫੋਰਥ ਵੀ ਆਏ ਆ ਉਦੋਂ, ਓਲੰਪਿਕ ਦੇ ਵਿੱਚੋਂ ਫਿਫਥ ਵੀ ਆਏ ਆ, ਲੇਕਿਨ ਜਦੋਂ ਤੋਂ ਪਿਛਲੀਆਂ ਦੋ ਓਲੰਪਿਕ ਤੋਂ ਮੈਡਲ ਆਉਣ ਲੱਗੇ ਓਲੰਪਿਕ ਦੇ ਵਿੱਚੋਂ, ਔਰ ਰੈਸਲਿੰਗ ਦੇ ਵਿੱਚ ਧਿਆਨ ਵੀ ਜ਼ਿਆਦਾ ਦਿੱਤਾ ਗਿਆ, ਕਿਉਂਕਿ ਉਮੀਦਾਂ ਵੀ ਵਧੀਆਂ, ਧਿਆਨ ਵੀ ਜ਼ਿਆਦਾ ਦਿੱਤਾ ਗਿਆ ਹੈ, ਕਿਉਂਕਿ ਸਾਨੂੰ ਕਾਫੀ ਜਿਹੜੇ ਕੈਂਪ ਆ ਸਾਰਾ ਸਾਲ ਕੈਂਪ ਚੱਲਦੇ ਆ ਅਤੇ ਬਾਹਰ ਵੀ ਐਕਸਪੋਜ਼ਰ ਮਿਲਦੇ ਆ, ਬਾਹਰ ਕੈਂਪ ਲੱਗਦੇ ਆ, ਅਤੇ ਕਾਫੀ ਜ਼ਿਆਦਾ ਮਤਲਬ ਸਾਡਾ ਜਿਹੜਾ ਭਵਿੱਖ ਹੈ ਇਸ ਵੇਲੇ ਰੈਸਲਿੰਗ 'ਤੇ ਕੇਂਦਰਿਤ ਆ ਕਾਫੀ, ਜਿੱਦਾਂ ਸੈਂਟਰ ਦੇ ਵਿੱਚ ਮਤਲਬ ਜੇ ਬਾਕੀ ਗੇਮਾਂ ਨੂੰ ਦੇਖਿਆ ਜ਼ਿਆਦਾਤਰ ਇਸ ਵੇਲੇ ਰੈਸਲਿੰਗ ਨੂੰ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ, ਔਰ ਉਹਦੇ ਵਿੱਚੋਂ ਮੈਡਲ ਵੀ ਨਿਕਲਣਗੇ, ਕਿਉਂਕਿ ਜੇ
ਕੋਈ ਸਹੂਲਤ ਮਿਲੀ ਆ ਸਾਨੂੰ, ਕਿਉਂਕਿ ਉਹਦਾ ਫਾਇਦਾ ਵੀ ਸਾਡੇ ਰੈਸਲਿੰਗ ਦੇਣਗੇ, ਉਹਦਾ ਮਤਲਬ ਰਿਜ਼ਲਟ ਵੀ ਦੇਣਗੇ ਉਹਦਾ, ਇਸ ਕਰਕੇ ਮੈਂ ਕਹਿੰਦਾ ਵੀ ਅੱਗੇ ਨੂੰ ਕਾਫ਼ੀ ਮਤਲਬ ਇੰਪਰੂਵ ਹੋਇਆ ਰੈਸਲਿੰਗ ਦੇ ਵਿੱਚ, ਕਾਫ਼ੀ ਹੋਇਆ ਮੈਂ ਮੰਨਦਾ ਹਾਂ। ਪ੍ਰਗਟ ਸਿੰਘ ਜੀ, ਰਾਜਵੀਰ ਕੌਰ ਜੀ ਅਤੇ ਧੀਰਾ ਜੀ, ਤੁਹਾਡੇ ਤੋਂ ਬਹੁਤ ਸਾਰੇ ਜਿਹੜੇ ਤੁਹਾਡੇ ਤਜਰਬੇ ਨੇ, ਦਿਲ ਕਰਦਾ ਸੀ ਕਿ ਅਸੀਂ ਉਹਨਾਂ ਦੇ ਬਾਬਤ ਹੋਰ ਜਾਣਕਾਰੀਆਂ ਹਾਸਲ ਕਰੀਏ, ਕਿਉਂਕਿ ਤੁਹਾਡਾ ਇੰਨਾ ਵਿਸ਼ਾਲ ਖੇਤਰ ਹੈ, ਤੁਹਾਡੀਆਂ ਇੰਨੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਨੇ ਜਿਨ੍ਹਾਂ ਦੇ ਮੂਹਰੇ ਸਵਾਲ ਕਈ ਵਾਰ ਬਾਉਣੇ ਪੈ ਜਾਂਦੇ ਆ ਕਿ ਕੀ ਪੁੱਛੀਏ, ਕੀ ਇਹਨਾਂ ਦੇ ਕੋਲੋਂ ਜਾਣਕਾਰੀਆਂ ਹੋਰ ਹਾਸਲ ਕਰ ਸਕਦੇ ਹਾਂ, ਪਰ ਵਕਤ ਦੀ ਘਾਟ ਹੈ ਜਿਹੜੀ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ, ਆਪਣਾ ਕੀਮਤੀ ਵਕਤ ਕੱਢਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ, ਥੈਂਕ ਯੂ। ਦੋਸਤੋ, ਇਹ ਸੀ ਰੀਓ ਓਲੰਪਿਕ ਦੇ ਉੱਤੇ ਇੱਕ ਵਿਸ਼ੇਸ਼ ਗੱਲਬਾਤ, ਸੰਵਾਦ ਰਚਾਇਆ ਗਿਆ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਜੀ ਹੋਰਾਂ ਨੇ, ਰਾਜਵੀਰ ਕੌਰ ਮੈਡਮ ਜੀ ਹੋਰਾਂ ਨੇ ਅਤੇ ਧੀਰਾ ਜੀ ਨੇ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਆ ਅਤੇ ਵੱਖ ਵੱਖ ਖੇਡਾਂ ਦੇ ਵਿੱਚ ਇਹ ਭਾਰਤ ਤੋਂ ਕੀ ਉਮੀਦਾਂ ਕਰਦੇ ਨੇ, ਕਿਹੜੀਆਂ ਕਿਹੜੀਆਂ ਚੁਣੌਤੀਆਂ ਦਰਪੇਸ਼ ਨੇ ਸਾਨੂੰ ਖੇਡ ਖੇਤਰ ਦੇ ਵਿੱਚ, ਇਹਨਾਂ ਦੇ ਬਾਬਤ ਬੜੀ ਬੇਬਾਕੀ ਦੇ ਨਾਲ ਖੁੱਲੀਆਂ ਡੁੱਲੀਆਂ ਗੱਲਾਂ ਕੀਤੀਆਂ ਨੇ। ਉਮੀਦ ਹੈ ਤੁਹਾਨੂੰ ਇਹ ਗੱਲਬਾਤ ਸਾਰੀ ਪਸੰਦ ਆਈ ਹੋਏਗੀ। ਹੁਣ ਦਿਓ ਆ ਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।